ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਆਵਾਜ਼ੇ ਕੌਮ TV। ਅੱਜ ਹੀ ਸੰਪਰਕ ਕਰੋ ਆਵਾਜ਼ੇ ਕੌਮ TV ਆਪਣੇ ਇਲਾਕੇ ਦੇ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੇ।
ਪਰ ਜਿਹੜੀ ਸ਼ਬਦ ਦੀ ਕਥਾ ਹੈ ਉਹਦੇ ਲਈ ਪਹਿਲਾਂ ਤਾਂ ਮੈਂ ਬੇਨਤੀ ਕਰਦੇ ਹਾਂ, ਆਪਣੇ ਫੋਨ ਭਾਈ ਬੰਦ ਕਰ ਲਓ। ਜੇ ਕਿਸੇ ਨੂੰ ਸਰੀਰ ਕਰਕੇ ਕੋਈ ਪਰੇਸ਼ਾਨੀ ਹੈ, ਕੋਈ ਖੰਘ ਜ਼ਿਆਦਾ ਆਉਂਦੀ ਹੈ, ਤਾਂ ਤੁਸੀਂ ਹਟਵੇਂ ਬੈਠ ਸਕਦੇ ਹੋ ਜਿੱਥੇ ਤੁਹਾਨੂੰ ਆਵਾਜ਼ ਬਾਹਰ ਸੁਣਾਈ ਦੇਵੇ। ਮੇਰੇ ਲਾਗੇ ਜੇ ਤੁਸੀਂ ਕੰਨਾਂ ਵਿੱਚ ਵੀ ਗੱਲਾਂ ਕਰੋਗੇ ਤਾਂ ਉਹਦੀ ਆਵਾਜ਼ ਤਾਂ ਵੀ ਮੈਨੂੰ ਸੁਣਾਈ ਦਿੰਦੀ। ਤੋ ਕਥਾ ਇਸ ਤਰ੍ਹਾਂ ਹੈ, ਜਿਵੇਂ ਆਕਾਸ਼ ਵਿੱਚ ਬੂੰਦਾਬਾਂਦੀ ਹੁੰਦੀ ਹੈ ਨਾ, ਹੌਲੀ 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 ਕਰਕੇ ਉਹ ਲਗਾਤਾਰ ਵਰਖਾ ਹੁੰਦੀ ਰਹਿੰਦੀ ਹੈ। ਜਿਹੜਾ ਕੀਰਤਨ ਹੁੰਦਾ ਹੈ ਇਹ ਮੁੜ ਧਾਰਮੀ ਦੀ ਤਰ੍ਹਾਂ ਹੁੰਦਾ, ਇੱਕਦਮ ਜਿਹੜੀ ਵਰਖਾ ਜ਼ੋਰ ਦੀ ਹੋਣੀ, ਇਹ ਸਤਿਗੁਰੂ ਦੀ ਗੁਰਬਾਣੀ ਦਾ ਕੀਰਤਨ ਹੈ। ਜਦੋਂ ਬਹੁਤ ਜ਼ੋਰ ਦੀ ਵਰਖਾ ਹੁੰਦੀ ਹੈ ਕੀ ਹੁੰਦਾ ਹੈ ਕਿ ਨਦੀਆਂ ਜਿਹੜੀਆਂ ਉਹ ਭਰ ਜਾਂਦੀਆਂ ਅਤੇ ਗਲੀਆਂ ਦੇ ਕੱਖ ਕਾਂਡ ਰੁੜ ਜਾਂਦੇ ਆ, ਚਿੱਕੜ ਵੀ ਸਾਫ਼ ਹੋ ਜਾਂਦਾ, ਬ੍ਰਿਕਸ਼ ਵੀ ਜਿਹੜੇ ਆ ਉਹਨਾਂ 'ਤੇ ਲੱਗੀ ਹੋਈ ਗਰਦ ਧੁੱਪ ਜਾਂਦੀ ਹੈ। ਜਿਹੜਾ ਸਤਿਗੁਰੂ ਦੀ ਬਾਣੀ ਦੇ ਕੀਰਤਨ ਨਾਲ ਜੁੜ ਜਾਂਦਾ ਹੈ, ਸੰਕਲਪਾਂ ਰੂਪੀ ਕੱਖ ਕਾਂਡ ਉਹਦੇ ਅੰਦਰ ਰੁੜ ਜਾਂਦੇ। ਸੰਕਲਪ ਅਤੇ ਵਿਕਲਪ ਜਿਹੜੇ ਸ਼ਬਦ ਨਾਲ ਜੁੜਨ ਨਹੀਂ ਦਿੰਦੇ, ਜਗਿਆਸੂ ਜਿਹਦੇ ਅੰਦਰ ਚੇਸ਼ਟਾ ਜਾਗਦੀ ਹੈ ਵਾਹਿਗੁਰੂ ਨੂੰ ਮਿਲਣ ਦੀ, ਉਹ ਸੁਬਹ ਭਜਨ ਕਰਦਾ ਹੈ ਆਪਣੇ ਧਰਮ ਦੀ ਸ਼ਿਕਸ਼ਾ ਮੁਤਾਬਕ, ਅਤੇ ਸ਼ਬਦ ਵਿੱਚ ਇੱਕਮਿਕ ਹੋਣ ਵਾਸਤੇ ਬੜੇ ਯਤਨ ਕਰਦਾ ਹੈ। ਪਰ ਇਹ ਸੰਕਲਪ ਸਫੁਰਦੇ ਹੋਏ ਵਾਹਿਗੁਰੂ ਵਿੱਚ ਏਕਤਾ ਨਹੀਂ ਆਉਣ ਦਿੰਦੇ, ਮਨ ਦੇ ਫੁਰਨੇ ਸ਼ਬਦ ਨਾਲ ਜੁੜਨ ਨਹੀਂ ਦਿੰਦੇ। ਪਰ ਜਦੋਂ ਸਤਿਗੁਰੂ ਜੀ ਦੀ ਬਣਾਈ ਹੋਈ ਹੈ ਧਰਮਸ਼ਾਲਾ ਗੁਰਦੁਆਰਾ ਸਾਹਿਬ ਆ ਕਰਕੇ ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ, ਮਨ ਇਕਾਗਰਤਾ ਜਦੋਂ ਪਕੜਦਾ ਹੈ, ਫਿਰ ਉਹਨੂੰ ਅੰਮ੍ਰਿਤ ਵੇਲੇ ਜਾਪ ਕਰਨ ਦਿਆਂ ਇਕਾਗਰਤਾ ਦੇ ਆਉਣ ਦੀ ਵਿਧੀ ਪਤਾ ਲੱਗ ਜਾਂਦੀ ਹੈ। ਗੁਰਦੁਆਰਾ ਸਾਹਿਬ ਸਿੱਖਣ ਦੀ ਥਾਂ ਹੁੰਦੀ ਹੈ, ਜੇ ਇੱਥੇ ਆ ਕਰਕੇ ਆਪਾਂ ਸ਼ਬਦ ਵਿੱਚ ਇਕਾਗਰਤਾ ਨਾ ਪਾਈ ਤਾਂ ਮਾਫ ਕਰਨਾ, ਇਕੱਲਿਆਂ ਜਾਪ ਕਰਦਿਆਂ ਵੀ ਇਕਾਗਰਤਾ ਨਹੀਂ ਪਾ ਸਕਦੇ। ਇਹ ਸਿੱਖਣ ਦੀ ਥਾਂ ਹੈ, ਖਿੰਡੇ ਹੋਏ ਮਨ ਨੂੰ ਕੀਰਤਨ ਇਕਾਗਰ ਕਰ ਦਿੰਦਾ, ਸੰਕਲਪਾਂ ਵਿਕਲਪਾਂ ਰੂਪੀ ਕੱਖ ਕਾਂਡ ਰੁੜ ਜਾਂਦੇ ਆ, ਜੀਵ ਦਾ ਭਟਕਿਆ ਮਨ ਟਿਕ ਜਾਂਦਾ ਹੈ, ਅਤੇ ਟਿਕੇ ਹੋਏ ਮਨ ਨੂੰ ਸ਼ਬਦ ਦੀ ਕਥਾ ਅਸਰ ਕਰਦੀ ਹੈ। ਮਹਾਰਾਜ ਦਾ ਸ਼ਬਦ ਆਨੰਦ ਦਿੰਦਾ, ਪਰ ਜਿਹੜਾ ਮੋਹਲੇ ਧਾਰਮੀ ਹੁੰਦਾ ਨਾ, ਜਿਵੇਂ ਨਦੀਆਂ ਭਰ ਜਾਂਦੀਆਂ, ਜਿਵੇਂ ਸਾਧ ਸੰਗਤ ਜੀ ਅੰਦਰ ਬਰਾਗ ਠਾਠਾ ਮਾਰਨ ਲੱਗ ਜਾਂਦਾ, ਪਰ ਕੀ ਹੈ ਕਿ ਜਿਹੜੇ ਨੀਵੇਂ ਰਿਹਦੇ ਹੁੰਦੇ ਹਨ ਭਾਵ ਨੀਵੇਂ ਥਾਂ, ਉਹ ਮੋਹਲੇ ਧਾਰ ਵਰਖਾ ਦੇ ਜਲ ਨਾਲ ਭਰ ਜਾਂਦੇ, ਪਰ ਉੱਚੇ ਟਿੱਬਿਆਂ ਦੇ ਉੱਤੇ ਅਸਰ ਨਹੀਂ ਹੁੰਦਾ, ਕਿਉਂਕਿ ਮੋਹਲੇ ਧਾਰ ਵਰਖਾ ਬਹੁਤਾ ਲੰਮਾ ਸਮਾਂ ਨਹੀਂ ਨਾ ਹੁੰਦੀ।
ਜਿੰਨਾ ਸਮਾਂ ਆਪਾਂ ਹੋਰ ਕਾਰ ਵਿਹਾਰ ਕਰਦੇ ਹਾਂ ਉਨਾ ਸਮਾਂ ਸੰਗਤ ਵਿੱਚ ਬੈਠ ਆਪਾਂ ਸੁਣਦੇ ਕਥਾ ਨਹੀਂ ਸੁਣਦੇ ਅਤੇ ਸਰੀਰ ਜਿਹੜਾ ਹੈ ਉਹ ਥਕੇਵਾਂ ਮਹਿਸੂਸ ਕਰਨ ਲੱਗ ਜਾਂਦਾ ਹੈ ਜਿਹਦੇ ਵਿੱਚ ਮਨ ਨੂੰ ਆਨੰਦ ਨਾ ਆ ਰਿਹਾ ਹੋਵੇ। ਗੁਰਮੁਖਾਂ ਨੇ ਭਾਵੇਂ ਦੱਸਿਆ ਸੀ ਮੈਨੂੰ ਕਿ ਪਹਿਲਾਂ 9 ਵਜੇ ਤੁਸੀਂ ਕਥਾ ਕਰਨੀ ਹੈ, ਪਰ ਕੀ ਹੈ ਜਦੋਂ ਸਰੀਰ ਥੱਕ ਜਾਵੇ ਫਿਰ ਸਾਧ ਸੰਗਤ ਜੀ ਸ਼ਬਦ ਵਿੱਚ ਜੁੜਿਆ ਨਹੀਂ ਜਾਂਦਾ। ਸਰੀਰ ਦਾ ਵੀ ਇਹੋ ਜਿਹਾ ਭਾਵ ਹੋਵੇ ਕਿ ਥਕੇਵਾਂ ਲੱਥਿਆ ਹੋਵੇ, ਸਰੀਰ ਸੋਮਨ ਹੋਵੇ, ਕਿਸੇ ਪ੍ਰਕਾਰ ਦਾ ਕਸ਼ਟ ਨਾ ਹੋਵੇ, ਅਤੇ ਫਿਰ ਸ਼ਬਦ ਵਿੱਚ ਜੁੜਿਆ ਜਾਂਦਾ। ਇਹ ਸਮਾਧੀ ਲਾਉਣ ਦੇ ਪਹਿਲੇ ਲੱਛਣ ਹੈ। ਜੇ ਤੁਹਾਡਾ ਸਰੀਰ ਸਹੀ ਨਹੀਂ ਹੈ ਤੇ ਤੁਸੀਂ ਸਮਾਧੀ ਵੱਲ ਨਹੀਂ ਤੁਰ ਸਕਦੇ। ਇਸੇ ਕਰਕੇ ਹਜ਼ੂਰ ਨੇ ਆਗਿਆ ਕੀਤੀ ਹੈ ਕਿ ਜਿਹੜੀ ਭਜਨ ਕਰਨ ਦੀ ਉਮਰ ਹੈ ਇਹ ਬਚਪਨ ਤੋਂ ਹੀ ਹੈ, ਕਿਉਂਕਿ ਬਚਪਨ ਵਿੱਚ ਵਿਕਾਰ ਅਤੇ ਜ਼ਿੰਮੇਵਾਰੀਆਂ ਬਹੁਤ ਘੱਟ ਹੁੰਦੀਆਂ। ਜੇ ਬਚਪਨ ਵਿੱਚ ਭਜਨ ਕਰਨ ਦੀ ਆਦਤ ਪਾ ਲਵੇ ਹੌਲੀ ਹੌਲੀ ਸਰੀਰ ਪੱਕ ਜਾਂਦਾ, ਫਿਰ ਇਹੋ ਜਿਹੀ ਵੀ ਕਦੇ ਅਵਸਥਾ ਆਉਂਦੀ ਹੈ ਸਤਿਗੁਰੂ ਜੀ ਦੇ ਨਾਮ ਦੀ ਬਰਕਤ ਨਾਲ ਕਿ ਸਰੀਰ ਤੋਂ ਹੀ ਮਨ ਪਰੇ ਹੋ ਜਾਂਦਾ। ਫਿਰ ਸਰੀਰ ਨੂੰ ਬਿਮਾਰੀ ਵੀ ਹੋਵੇ, ਕੋਈ ਰੋਗ ਕਸ਼ਟ ਨਹੀਂ ਹੈ, ਜਿਨ੍ਹਾਂ ਸਤਿਗੁਰਾਂ ਜੀ ਦੀ ਆਪ ਸ਼ਹਾਦਤ ਦਾ ਪ੍ਰਸਾਦ ਵਾਸਤੇ ਬੈਠੇ ਹੋ, ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਇਹੋ ਜਿਹੀ ਬਰਕਤ ਸੀ ਜਿਹਦੇ ਵੱਲ ਮਹਾਰਾਜ ਤੱਕਦੇ ਸਨ ਆਪਣੇ ਹਿਰਦੇ ਤੋਂ, ਉਹਨੂੰ ਇਹ ਦਾਤ ਦੇ ਕੇ ਸਤਿਗੁਰੂ ਨਿਹਾਲ ਕਰ ਦਿੰਦੇ ਸੀਗੇ ਕਿ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਸੀ, ਪਰਮੇਸ਼ਰ ਨਾਲ ਉਹ ਟੁੱਟੇ ਹੋਏ ਜੀਵ ਪ੍ਰੀਤ ਕਰਨ ਲੱਗ ਜਾਂਦੇ ਸਨ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸੰਗਤ ਵਿੱਚ ਆਪ ਸਜੇ ਬੈਠੇ ਹੋ। ਇੰਨੇ ਸਮੇਂ ਵਿੱਚ ਮੈਂ ਪੂਰਾ ਸ਼ਹਾਦਤ ਦਾ ਪ੍ਰਸੰਗ ਨਹੀਂ ਕਹਿ ਸਕਾਂਗਾ, ਪਰ ਫਿਰ ਵੀ ਸਤਿਗੁਰੂ ਜੀ ਦੀ ਸ਼ਹਾਦਤ ਬਾਬਤ ਕੁਝ ਬੇਨਤੀਆਂ ਕਰਕੇ ਫਿਰ ਸ਼ਬਦ ਦੀ ਕਥਾ ਨਾਲ ਜੁੜਾਂਗੇ। ਜਦੋਂ ਸਤਿਗੁਰੂ ਜੀ ਦਾ ਸ਼ਹੀਦੀ ਗੁਰਪੁਰਬ ਆਉਂਦਾ ਹੈ, ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਜ਼ੂਰ ਦੀ ਬਾਣੀ ਦੀ ਲੜੀਵਾਰ ਕਥਾ ਇਹ ਸਾਧ ਸੰਗਤ ਜੀ ਆਪਾਂ ਕਰਦੇ ਹਾਂ। ਗੌੜੀ ਰਾਗ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਇਹ ਕਥਾ ਸੰਪੂਰਨ ਹੋਈ ਅਤੇ ਆਸਾ ਰਾਗ ਵਿੱਚ ਸਤਿਗੁਰੂ ਜੀ ਦਾ ਇੱਕ ਸ਼ਬਦ ਹੈ, ਭਾਵੇਂ ਰਾਗ ਵਿੱਚ 3 ਸ਼ਬਦ ਨੇ ਉਹਨਾਂ ਵਿੱਚੋਂ 2 ਸ਼ਬਦਾਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਇਹ ਆਸਾ ਰਾਗ ਵਿੱਚ ਇੱਕ ਸ਼ਬਦ ਹੈ ਸਤਿਗੁਰੂ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਇਹ ਸ਼ਬਦ ਦੀ ਪਾਵਨ ਕਥਾ ਆਪਾਂ ਸਰਵਣ। ਹਜ਼ੂਰ ਦੀ ਸ਼ਹਾਦਤ ਅਦੁੱਤੀ ਕਿਉਂ ਹੈ? ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ ਕਿ ਸਤਿਗੁਰੂ ਜੀ ਨੇ ਕਿਸੇ ਦੇ ਧਰਮ ਨੂੰ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਮਹਾਰਾਜ
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਨਵਾਂ ਸਰੂਪ ਸਾਡਾ ਧਰਮ ਹੈ। ਅਸੀਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ, ਪਰ ਜਿਹੜੇ ਪੂਜਨ ਕਰਦੇ ਹੈ ਕਿਸੇ ਦੇ ਧਰਮ ਨੂੰ ਅਸੀਂ ਠੇਸ ਨਹੀਂ ਪਹੁੰਚਾਉਂਦੇ। ਇਹ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਸ਼ਿਕਸ਼ਾ ਦਿੱਤੀ ਹੈ ਕਿ ਕਿਸੇ ਦੇ ਧਰਮ ਦਾ ਨਿਰਾਦਰ ਨਹੀਂ ਕਰੀਦਾ। ਹਾਂ, ਸਤਿਗੁਰੂ ਜੀ ਦੇ ਉਪਦੇਸ਼ ਦੀ ਸਿੱਖਿਆ ਜ਼ਰੂਰ ਦੱਸੀ ਦੀ ਹੈ ਕਿ ਇੱਕ ਅਕਾਲ ਦੀ ਪੂਜਾ ਤੋਂ ਬਿਨਾਂ ਜੀਵ ਨੂੰ ਕਲਿਆਣ ਨਹੀਂ ਪ੍ਰਾਪਤ ਹੁੰਦੀ। ਔਰੰਗਜ਼ੇਬ, ਜਿਸਦਾ ਇਤਿਹਾਸ ਵਿੱਚ ਨਾਮ ਨਰੰਗਾ ਕਰਕੇ ਕਥਨ ਕੀਤਾ ਹੈ, ਇਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਮੈਨੂੰ ਪਤਾ ਤੁਸੀਂ ਇਹ ਜਿਹੜਾ ਹਿੰਦੂ ਤਿਲਕ ਲਾਉਂਦੇ ਹੈ ਇਹ ਤੁਸੀਂ ਨਹੀਂ ਲਾਉਂਦੇ ਹੋ, ਜੰਜੂ ਤੁਸੀਂ ਨਹੀਂ ਪਹਿਨਦੇ ਹੋ, ਮੂਰਤੀਆਂ ਦੀ ਪੂਜਾ ਤੁਸੀਂ ਨਹੀਂ ਕਰਦੇ ਹੋ, ਪਰ ਮਹਾਰਾਜ ਇਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਕਿਉਂ ਤੁਲੇ ਹੋਏ ਹੋ? ਜਿਸ ਚੀਜ਼ ਨੂੰ ਤੁਸੀਂ ਆਪ ਸਹੀ ਤਸਲੀਮ ਨਹੀਂ ਕਰਦੇ ਤੇ ਉਹਨੂੰ ਮਿਟ ਜਾਣ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਹਜ਼ੂਰ ਦਾ ਵਾਹਿਦ ਧਰਮ ਹੈ, ਆਪਾਂ ਜੰਜੂ ਨਹੀਂ ਪਹਿਨਦੇ ਤੇ ਮੂਰਤੀਆਂ ਦੀ ਪੂਜਾ ਵੀ ਨਹੀਂ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੇਖੋ ਇਹਨਾਂ ਦੀ ਰੱਖਿਆ ਕੀਤੀ ਹੈ। ਭਾਵੇਂ ਕਿ ਕਈ ਇਹ ਚਾਹੁੰਦੇ ਹੈ ਕਿ ਇਹ ਗੱਲ ਨਹੀਂ ਕਹਿਣੀ ਚਾਹੀਦੀ, ਪਰ ਸਾਡੇ ਗ੍ਰੰਥ ਕਹਿੰਦੇ ਹੈ, ਗੁਰੂ ਗੋਬਿੰਦ ਸਿੰਘ ਦੀ ਕਲਮ ਕਹਿੰਦੀ ਹੈ ਕਿ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਔਰ ਸੀਨਾ ਉਚਰੀ। ਇਹ ਗੁਰੂਦੇਵ ਦੀ ਕਲਮ ਨਾਲ ਲਿਖੇ ਹੋਏ ਸ਼ਬਦ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਔਰੰਗਜ਼ੇਬ ਨੂੰ ਕਿਹਾ ਸੀ, ਔਰੰਗਜ਼ੇਬ ਸਾਡਾ ਕਿਸੇ ਧਰਮ ਨਾਲ ਵਿਰੋਧ ਨਹੀਂ ਹੈ, ਸੱਚੇ ਪਾਤਸ਼ਾਹ ਜੀ ਦੇ ਵਾਹਿਦ ਪੀਰ ਜਿਹੜੇ ਹੋਏ ਇਸਲਾਮ ਦੇ ਉਹ ਗੁਰੂ ਸਾਹਿਬ ਜੀ ਦੇ ਬੜੇ ਪ੍ਰੇਮੀ ਹੋਏ। ਸਤਿਗੁਰੂ ਜੀ ਆਉਂਦਿਆਂ ਹੋਇਆਂ ਸੈਦ ਖਾਂ ਇੱਕ ਮੁਸਲਮਾਨ ਹੋਇਆ ਜਿਹਦੀ ਹਵੇਲੀ ਵਿੱਚ ਸਤਿਗੁਰੂ ਰੁਕੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਸੇ ਧਰਮ ਦੇ ਖਿਲਾਫ ਨਹੀਂ, ਧਰਮ ਤਾਂ ਸਾਰੇ ਪ੍ਰਭੂ ਨੂੰ ਮਿਲਣ ਦਾ ਰਸਤਾ ਦੱਸਦੇ ਆ, ਪਰ ਜਿਹੜਾ ਰਾਜਨੀਤਿਕ ਹੁੰਦਾ ਹੈ ਜਿਹਦੇ ਹੱਥ ਵਿੱਚ ਰਾਜ ਆ ਜਾਵੇ ਉਹ ਜੀਆਂ ਨੂੰ ਆਪਣੇ ਧਰਮੀ ਹੋਣ ਦਾ ਦਾਅਵਾ ਕਰਦੇ। ਔਰੰਗਜ਼ੇਬ ਵੀ ਇਹੀ ਦਾਅਵਾ ਕਰਦਾ ਸੀ ਤੇ ਆਲਮਗੀਰ ਦਾ ਖਿਤਾਬ ਲਿਆ ਹੋਇਆ ਸੀ ਉਸਨੇ, ਅੱਜ ਵੀ ਉਸਨੂੰ ਆਲਮਗੀਰ ਦੇ ਖਿਤਾਬ ਨਾਲ ਹੀ ਯਾਦ ਕਰਦੇ ਆ ਕਈ ਮੁਸਲਮਾਨ। ਜਿਸ ਸਮੇਂ ਮੱਕੇ ਗਿਆ ਸੀ ਇਹ ਜ਼ਿਆਰਤ ਵਾਸਤੇ ਤੇ ਉੱਥੋਂ ਦੇ ਮੌਲਵੀਆਂ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਪੈਗੰਬਰੀ ਸ਼ਸਤਰ ਜਿਹੜਾ ਸੀ ਨਾ ਉਹ ਨਰੰਗੇ ਨੂੰ ਭੇਟ ਕੀਤਾ ਸੀ। ਉਹ ਇਸ ਕਰਕੇ ਭੇਟ ਕੀਤਾ ਸੀ ਕਿ ਤੂੰ ਇਸਲਾਮ ਦੀ ਬੜੀ ਵੱਡੀ ਸੇਵਾ ਕੀਤੀ ਹੈ, ਇਸਲਾਮ ਨੂੰ ਬੜਾ ਦੁਨੀਆ 'ਤੇ ਫੈਲਾਇਆ ਹੈ ਤੂੰ, ਅਤੇ ਇਹ ਜਿਹੜਾ ਸਾਡਾ ਪੈਗੰਬਰੀ ਸ਼ਸਤਰ ਹੈ ਇਹ ਅਸੀਂ ਤੈਨੂੰ ਭੇਟ ਕਰਦੇ ਹਾਂ। ਭਾਵੇਂ ਕਿ ਉਹ ਸ਼ਸਤਰ ਫਿਰ ਗੁਰੂ ਘਰ ਵਿੱਚ ਆ ਗਿਆ। ਜਦੋਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ
ਤਾਰਾ ਆਜ਼ਮ ਨੂੰ ਮਾਰ ਕੇ ਬਾਦਸ਼ਾਹ ਨੂੰ ਹਿੰਦੁਸਤਾਨ ਦੀ ਬਾਦਸ਼ਾਹਤ ਦਿੱਤੀ ਸੀ। ਹਜ਼ੂਰ ਜਦੋਂ ਆਪ ਆਗਰੇ ਗਏ ਸੀ ਸੱਚੇ ਪਾਤਸ਼ਾਹ, ਬਾਦਸ਼ਾਹ ਨੇ ਉਸ ਸਮੇਂ ਸਤਿਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਹਜ਼ੂਰ ਨੂੰ ਇਹ ਸ਼ਸਤਰ ਜਿਹੜਾ ਸੀ, ਸਤਸੰਗਤ ਜੀ ਜਿਹੜਾ ਮੱਕੇ ਦੇ ਕਾਜ਼ੀਆਂ ਨੇ ਨੁਰੰਗੇ ਨੂੰ ਭੇਟ ਕੀਤਾ ਸੀ, ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਉਹ ਪੈਗੰਬਰੀ ਸ਼ਸਤਰ ਭੇਟ ਕੀਤਾ। ਜਦੋਂ ਆਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਜਾਓ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਹ ਪੈਗੰਬਰੀ ਸ਼ਸਤਰ ਸੁਭਾਇਮਾਨ ਹੈ, ਅਸੀਂ ਜਿੱਥੇ ਸਤਿਗੁਰੂ ਜੀ ਦੇ ਸ਼ਸਤਰ ਸੁਭਾਇਮਾਨ ਕਰਦੇ ਹਾਂ, ਉਹ ਖੰਡਾ ਜਿਸ ਨਾਲ ਸਤਿਗੁਰੂ ਜੀ ਨੇ ਪੰਥ ਪ੍ਰਗਟ ਕੀਤਾ, ਦੋ ਧਾਰਾ ਖੰਡਾ, ਫਿਰ ਕਲਪਾ ਵਰਸ਼ਾ, ਨਾਗਣੀ ਵਰਸ਼ਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਾਤਰੇ ਦਾ ਤੇਗਾ, ਜਿਹਦੇ ਨਾਲ ਮਹਾਰਾਜ ਨੇ ਕਾਲੇ ਖਾਨ ਨੂੰ ਅੱਧੋ ਅੱਧ ਵੱਢਿਆ ਸੀ, ਉਹ ਸ਼ਸਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬਿਰਾਜਮਾਨ ਨੇ। ਉਹਨਾਂ ਸ਼ਸਤਰਾਂ ਦੇ ਵਿੱਚ ਹੀ ਇਹ ਮੁਸਲਮਾਨਾਂ ਦਾ ਪੈਗੰਬਰੀ ਸ਼ਸਤਰ ਸਾਧ ਸੰਗਤ ਜੀ ਸੁਭਾਇਮਾਨ ਹੈ। ਨੁਰੰਗੇ ਨੂੰ ਇਸ ਕਰਕੇ ਭੇਟ ਕੀਤਾ ਸੀ ਕਿ ਤੂੰ ਇਸਲਾਮ ਦੀ ਬੜੀ ਵੱਡੀ ਸੇਵਾ ਕੀਤੀ ਹੈ। ਜ਼ਾਹਰ ਹੈ ਕਿ ਰਾਜ ਦੇ ਪ੍ਰਤਾਪ ਕਰਕੇ ਜਿਹੜੇ ਧਾਰਮਿਕ ਲੋਕ ਹੁੰਦੇ ਆ ਨਾ ਬਾਹਰੋਂ, ਉਹਨਾਂ ਨੇ ਧਰਮ ਦਾ ਲਿਬਾਸ ਪਾਇਆ ਹੁੰਦਾ ਅਤੇ ਉਹ ਸਾਧ ਸੰਗਤ ਜੀ ਰਾਜ ਦੇ ਪ੍ਰਤਾਪ ਕਰਕੇ ਉਹਨਾਂ ਪਾਪੀਆਂ ਦੀ ਵੀ ਖੁਸ਼ਾਮਦ ਕਰਦੇ ਆ ਜਿਨ੍ਹਾਂ ਦੇ ਕੋਲ ਧਰਮ ਬੀਜ ਮਾਤਰ ਵੀ ਨਹੀਂ ਹੁੰਦਾ। ਇਹੀ ਹਾਲਾਤ ਹੁਣ ਵੀ ਵੇਖ ਸਕਦੇ, ਕਿਉਂਕਿ ਰਾਜ ਦੀ ਸ਼ਕਤੀ ਹੈ, ਡਰਦੇ ਹੋਏ ਧਰਮ ਦੇ ਅਨਿਆਈ, ਜਿਹੜਾ ਧਰਮ ਦਾ ਅਨਿਆਈ ਹੈ ਅਤੇ ਡਰ ਰਿਹਾ ਉਹ ਫਿਰ ਧਰਮੀ ਨਹੀਂ ਹੋ ਸਕਦਾ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਕਹਿੰਦੇ ਸੀ, ਜੇ ਸਿੱਖ ਹੈ ਤਾਂ ਡਰ ਨਹੀਂ, ਜੇ ਡਰ ਹੈ ਤਾਂ ਫਿਰ ਸਿੱਖ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਗਿਆਨੀ ਦੇ ਲੱਛਣ ਕਰਦਿਆਂ ਹੋਇਆ ਕਿਹਾ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਐਸੇ ਗੁਰੂਦੇਵ ਨੂੰ ਔਰੰਗਜ਼ੇਬ ਡਰਾਉਣਾ ਚਾਹੁੰਦਾ ਸੀ। ਇਹ ਨਹੀਂ ਕਿ ਨੁਰੰਗੇ ਨੇ ਯਤਨ ਕੋਈ ਨਹੀਂ ਕੀਤਾ, ਬੜੇ ਯਤਨ ਕੀਤੇ। ਜਦੋਂ ਸਤਿਗੁਰੂ ਜੀ ਨੇ ਆਗਰੇ ਗ੍ਰਿਫਤਾਰੀ ਦਿੱਤੀ ਸੀ, ਇਤਿਹਾਸ ਲੰਮਾ, ਮੈਂ ਕਿਸੇ ਵੀ ਇੱਕ ਪ੍ਰਕਰਨ ਨੂੰ ਛੋਵਾਂ ਤਾਂ ਬਹੁਤ ਸਮਾਂ ਲੱਗ ਜਾਏਗਾ, ਪਰ ਮੈਂ ਟੂਕ ਮਾਤਰ ਹੀ ਬੇਨਤੀ ਕਰਾਂਗਾ। ਆਪਣੇ ਇਤਿਹਾਸ ਨੂੰ ਜ਼ਰੂਰ ਸੁਣਿਆ ਕਰੋ। ਆਪਾਂ ਆਦੀ ਹੋ ਗਏ ਫਿਲਮਾਂ ਵੇਖਣ ਦੇ, ਅਤੇ ਫਿਲਮਾਂ ਦੇ ਜ਼ਰੀਏ ਹੀ ਆਪਣਾ ਇਤਿਹਾਸ ਭਾਲਦੇ ਹਾਂ। ਕਿਹੜਾ ਪ੍ਰੋਡਿਊਸਰ ਹੈ ਜਿਹਨੇ ਇੰਨੀ ਸਿੱਖੀ ਕਮਾ ਕੇ ਅਤੇ ਫਿਰ ਤੁਹਾਨੂੰ ਇਤਿਹਾਸ ਦੀ ਕੋਈ ਫਿਲਮ ਬਣਾ ਕੇ ਦੇਣੀ ਹੈ? ਉਹਨਾਂ ਨੂੰ ਤਾਂ ਆਪ ਕੋਈ ਇਲਮ ਨਹੀਂ ਹੁੰਦਾ, ਸੁਣ ਸੁਣ ਕੇ ਉਹੋ ਜਿਹੀਆਂ ਮਨਸੂਈ ਚੀਜ਼ਾਂ ਤਿਆਰ ਕਰਕੇ ਤੁਹਾਨੂੰ ਦਿਖਾਉਣਗੇ। ਉਹਦਾ ਆਧਾਰ ਨਾ ਰੱਖੋ ਆਪਣੇ ਜੀਵਨ ਵਿੱਚ, ਆਧਾਰ ਰੱਖੋ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਸੁਣਨ ਦਾ, ਗੁਰਬਾਣੀ ਦੀ ਕਥਾ ਸੁਣਨ ਦਾ। ਸੱਚੇ ਪਾਤਸ਼ਾਹ ਜੀ ਨੇ ਜਦੋਂ ਆਗਰੇ ਗ੍ਰਿਫਤਾਰੀ ਦਿੱਤੀ ਸੀ, ਗੁਰੂ ਕਾ ਅਕਾਲ ਪਵਿੱਤਰ ਸਥਾਨ ਹੈ, ਇੱਥੇ ਬਾਗ ਸੀਗਾ, ਮਹਾਰਾਜ ਪੰਜਾਂ ਸਿੱਖਾਂ ਦੇ ਸਮੇਤ ਸੀ। ਰਸਤੇ ਵਿੱਚ ਜਿਹੜੀਆਂ
ਫੌਜੀਆਂ ਦੀਆਂ ਸਿਪਾਹੀਆਂ ਦੀਆਂ ਟੁਕੜੀਆਂ ਸੀ ਹਰਲ ਹਰਲ ਕਰਦੀਆਂ ਫਿਰਦੀਆਂ ਸੀ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ, ਕਿਉਂਕਿ ਨਰੰਗੇ ਨੇ ਹਜ਼ੂਰ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਸੀ। ਇੱਥੇ ਸੱਚੇ ਪਾਤਸ਼ਾਹ ਜੀ ਨੇ ਇੱਕ ਇਆਲੀ ਨੂੰ ਆਪਦਾ ਦੁਸ਼ਾਲਾ ਦਿੱਤਾ, ਬੜਾ ਬੇਸ਼ਕੀਮਤਾ ਦੁਸ਼ਾਲਾ ਜਿਹਨੂੰ ਸਤਿਗੁਰੂ ਜੀ ਨੇ ਆਪਣੇ ਸਰੀਰ 'ਤੇ ਪਹਿਨਿਆ ਹੋਇਆ ਸੀ। ਅਤੇ ਮਹਾਰਾਜ ਜੀ ਨੇ ਆਪਣੇ ਕੋਲੋਂ ਇੱਕ ਸਤਿਗੁਰੂ ਜੀ ਨੇ ਹੀਰੇ ਜੜਤ ਅੰਗੂਠੀ ਦਿੱਤੀ ਅਤੇ ਮਹਾਰਾਜ ਕਹਿੰਦੇ ਬਾਜ਼ਾਰ ਵਿੱਚੋਂ ਮਠਿਆਈ ਲੈ ਕੇ ਆ, ਸਾਨੂੰ ਭੁੱਖ ਲੱਗੀ, ਅਸੀਂ ਛਕਣਾ, ਜੇ ਤੂੰ ਸਾਡੀ ਸੇਵਾ ਕਰ ਸਕਦਾ ਤਾਂ ਇੰਨੀ ਕੁ ਸੇਵਾ ਕਰ ਦੇ। ਹਜ਼ੂਰ ਦੇ ਦਰਸ਼ਨ ਕਰਕੇ ਬੜਾ ਉਹਦਾ ਚਿੱਤ ਪ੍ਰਸੰਨ ਹੋਇਆ ਅਤੇ ਉਹ ਬਾਜ਼ਾਰ ਵਿੱਚ ਮਠਿਆਈ ਲੈਣ ਚਲੇ ਗਿਆ। ਦੀਵਾਨ ਮਤੀ ਦਾਸ ਜੀ ਮਨ ਵਿੱਚ ਸੋਚਦੇ ਆ ਕਿ ਗੁਰੂਦੇਵ ਇਹਦੇ ਹੱਥੋਂ ਲਿਆਈ ਮਠਿਆਈ ਕਿਵੇਂ ਖਾਣਗੇ, ਕਿਉਂਕਿ ਉਹ ਕਿਹੜਾ ਮਰਿਆਦਾ ਵਿੱਚ ਰਹਿਣ ਵਾਲਾ ਕੋਈ ਗੁਰਸਿੱਖ ਹੈ। ਸਤਿਗੁਰੂ ਜੀ ਨੂੰ ਤਾਂ ਅਸੀਂ ਹੱਥੀਂ ਲੰਗਰ ਤਿਆਰ ਕਰਕੇ ਛਕਾਉਂਦੇ ਹਾਂ ਅਤੇ ਇਹ ਕੀ ਗੱਲ ਹੈ ਕਿ ਮਹਾਰਾਜ ਜੀ ਨੇ ਇੱਕ ਅਯਾਲੀ ਨੂੰ ਭੇਜ ਦਿੱਤਾ ਹੈ ਅਤੇ ਕਹਿੰਦੇ ਆ ਮਠਿਆਈ ਲੈ ਕੇ ਆ, ਅਸੀਂ ਛਕਣੀ ਹੈ, ਕੋਈ ਕਾਰਨ ਹੈ। ਅਤੇ ਕਾਰਨ ਇਹ ਸੀ, ਜਦੋਂ ਉਹ ਦੁਸ਼ਾਲਾ ਲੈ ਕੇ ਹਲਵਾਈ ਕੋਲ ਗਿਆ, ਉੱਥੇ ਉਹਨੂੰ ਮਠਿਆਈ ਜਿਹੜੀ ਹੈ ਉਹ ਤਲਾ ਲਈ ਉਹਦੇ ਕੋਲੋਂ ਅਤੇ ਪੈਸੇ ਪੁੱਛੇ ਹੈ, ਕਹਿੰਦਾ ਪੈਸਾ ਤਾਂ ਕੋਈ ਨਹੀਂ ਮੇਰੇ ਕੋਲ, ਆ ਅੰਗੂਠੀ ਹੈ। ਵੇਖ ਕੇ ਉਹ ਬੜਾ ਹੈਰਾਨ ਹੋਇਆ ਕਿ ਐਡੀ ਬੇਸ਼ਕੀਮਤੀ ਹੀਰੇ ਜੜਤ ਅੰਗੂਠੀ ਇਸ ਗਰੀਬ ਕੋਲ ਕਿਵੇਂ ਆ ਗਈ, ਚੁਰਾਈ ਹੋਣੀ ਹੈ ਕਿਸੇ ਦੀ ਜਾਂ ਇਹਨੂੰ ਲੱਭੀ ਹੋਵੇਗੀ। ਕਹਿੰਦਾ ਅੱਛਾ ਚੱਲ ਕਰ ਦੁਸ਼ਾਲਾ ਕਰ ਅੱਗੇ ਕੱਪੜਾ ਜਿਹਦੇ 'ਚ ਮੈਂ ਤੈਨੂੰ ਪਾ ਦਿਆਂ ਮਠਿਆਈ। ਉਹਨੇ ਫਿਰ ਉਹ ਮਹਾਰਾਜ ਨੇ ਆਖਿਆ ਸੀ ਕਿ ਇਸ ਦੁਸ਼ਾਲੇ ਵਿੱਚ ਪਾ ਕੇ ਲਿਆਈ। ਜਦੋਂ ਉਹ ਰੇਸ਼ਮੀ ਦੁਸ਼ਾਲਾ ਅੱਗੇ ਕੀਤਾ, ਉਸਨੂੰ ਸ਼ੱਕ ਪੈ ਗਈ ਕਿ ਇਹ ਜਾਂ ਕਿਸੇ ਦਾ ਕਤਲ ਕਰ ਆਇਆ ਅਤੇ ਜਾਂ ਇਹਨੇ ਕਿਤੋਂ ਇਹ ਚੋਰੀ ਕੀਤਾ, ਐਡੇ ਬੇਸ਼ਕੀਮਤੇ ਦੁਸ਼ਾਲੇ ਵਿੱਚ ਮਠਿਆਈ ਪਵਾ ਲਿਆ। ਉਸੇ ਵੇਲੇ ਕੋਤਵਾਲ ਨੂੰ ਖਬਰ ਕਰਕੇ ਪਕੜਾ ਤਾ। ਜਦੋਂ ਕੋਤਵਾਲ ਵੇਖਿਆ ਉਹ ਡਰ ਗਿਆ, ਦੱਸਿਆ ਕਿ ਕੋਈ ਦਰਵੇਸ਼ ਮਹਾਂਪੁਰਸ਼ ਆਏ ਹੈ, ਉਹਨਾਂ ਮੈਨੂੰ ਇਹ ਅੰਗੂਠੀ ਅਤੇ ਦੁਸ਼ਾਲਾ ਦਿੱਤਾ ਹੈ। ਕੋਤਵਾਲ ਸਿਪਾਹੀਆਂ ਨੂੰ ਲੈ ਕੇ ਉਸ ਬਾਗ ਵਿੱਚ ਆ ਗਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਜੇ ਬੈਠੇ ਹੈ, ਮਠਿਆਈ ਛਕਣ ਵਾਸਤੇ ਨਹੀਂ ਆਪਦੀ ਗ੍ਰਿਫਤਾਰੀ ਦੇਣ ਵਾਸਤੇ ਸਤਿਗੁਰੂ ਜੀ ਨੇ ਕੌਤਕ ਕੀਤਾ ਸੀ। ਅਤੇ ਹਜ਼ੂਰ ਉੱਥੋਂ ਗ੍ਰਿਫਤਾਰ ਹੋਏ, ਫਿਰ ਉਸ ਰਾਤ ਮਹਾਰਾਜ ਨੂੰ ਉੱਥੇ ਠਹਿਰਾਇਆ ਗਿਆ। ਦਿੱਲੀ ਖਬਰ ਆਈ, ਨਰੰਗਾ ਬਹੁਤ ਖੁਸ਼ ਹੋਇਆ ਅਤੇ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਆਉਣ ਵਾਸਤੇ ਫੌਜ ਭੇਜ ਦਿੱਤੀ। ਹਜ਼ੂਰ ਦੀ ਇਸ ਵਾਰੀ ਦਿੱਲੀ ਨੂੰ ਆ ਰਹੀ ਸੀ, ਨਰੰਗੇ ਨੂੰ ਖਬਰਾਂ ਮਿਲ ਰਹੀਆਂ ਸਨ ਕਿ ਕਿੱਥੇ ਕਿੱਥੇ ਮਹਾਰਾਜ ਪਹੁੰਚ ਰਹੇ ਹੈ। ਇਹਨੇ ਫਿਰ ਆਪਣੇ ਮੰਤਰੀ ਮੰਡਲ ਨਾਲ ਸਲਾਹ ਕੀਤੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੀਨੇ ਇਸਲਾਮ ਵਿੱਚ ਕਿਵੇਂ ਲਿਆ ਸਕਦੇ ਹਾਂ। ਸਤਿਗੁਰੂ ਜੀ ਦੀ ਲਿਖਤ ਜਿਹੜੀ ਸੀ ਨਾ ਉਹ ਨਰੰਗੇ ਕੋਲ ਪਹੁੰਚ ਗਈ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਲਿਖਤ ਦਾ ਪਤਾ ਕਰ ਦਿੱਤਾ ਸੀਗਾ, ਜਿੱਥੇ ਸਾਰੀ ਹਿੰਦੂ ਕੌਮ ਨੇ ਕਬੂਲਿਆ ਹੋਇਆ ਸੀ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹਨ। ਭਾਵੇਂ ਕਿ ਅੱਜ ਬਹੁਤ ਨਿਰਾਦਰ ਦੇ ਸ਼ਬਦ ਵੀ ਕਈ ਬੋਲਦੇ ਆ, ਇਹ ਤਾਂ ਫਿਰ ਅਕਿਰਤ ਘਣਤਾ ਦਾ ਦੋਸ਼ ਲੱਗਦਾ ਨਾ, ਜਿਹਨਾਂ ਸਤਿਗੁਰਾਂ ਜੀ ਨੇ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ ਹੋਵੇ ਅਤੇ ਫਿਰ
ਉਹਨਾਂ ਦੀ ਬਾਬਤ ਅਯੋਗ ਸ਼ਬਦ ਬੋਲਣੇ, ਉਹਨਾਂ ਦੇ ਸਿੱਖਾਂ ਨੂੰ ਬੁਰਾ ਬੋਲਣਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਬਾਬਤ ਜਦੋਂ ਸਤ ਸੰਗਤ ਜੀ ਨਰੰਗੇ ਨੂੰ ਪਤਾ ਲੱਗ ਰਿਹਾ ਸੀਗਾ ਅਤੇ ਇਹਨੇ ਆਪਣੇ ਮੰਤਰੀ ਮੰਡਲਾਂ ਨਾਲ ਮੰਤਰੀ ਮੰਡਲ ਨੂੰ ਬੁਲਾ ਕੇ ਸਲਾਹ ਕੀਤੀ ਹੈ ਕਿ ਸਤਿਗੁਰੂ ਜੀ ਨਾਲ ਮੈਂ ਕਿਹੋ ਜਿਹਾ ਵਿਵਹਾਰ ਕਰਾਂ ਕਿ ਉਹ ਦੀਨੇ ਇਸਲਾਮ ਨੂੰ ਕਬੂਲ ਕਰ ਲੈਣ, ਕਿਉਂਕਿ ਉਹਦੇ ਕੋਲ ਲਿਖਿਆ ਹੋਇਆ ਉਹ ਕਾਗਜ਼ ਜੀ ਸੀਗਾ ਜਿਹਦੇ ਉੱਤੇ ਲਿਖਿਆ ਹੋਇਆ ਸੀ ਸਾਰੀ ਹਿੰਦੂ ਕੌਮ ਨੇ ਕਿ ਸਾਡੇ ਪੀਰ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਅਗਰ ਗੁਰੂ ਤੇਗ ਬਹਾਦਰ ਸਾਹਿਬ ਦੀਨੇ ਇਸਲਾਮ ਨੂੰ ਕਬੂਲ ਕਰ ਲੈਂਦੇ ਨੇ ਤਾਂ ਫਿਰ ਅਸੀਂ ਸਾਰੀ ਕੌਮ ਖੁਸ਼ੀ ਖੁਸ਼ੀ ਦੀਨੇ ਇਸਲਾਮ ਨੂੰ ਕਬੂਲ ਕਰ ਲਵਾਂਗੇ। ਇਹ ਲਿਖਿਆ ਹੋਇਆ ਕਾਗਜ਼ ਨਰੰਗੇ ਕੋਲ ਜਦੋਂ ਪਹੁੰਚਿਆ ਸੀ ਤਾਂ ਬੜਾ ਖੁਸ਼ ਹੋਇਆ ਸੀ ਉਹ ਕਿ ਮੈਂ ਕਿੱਥੇ ਪਕੜ ਪਕੜ ਕੇ ਕਿਸੇ ਨੂੰ ਜਿਹੜਾ ਉਹ ਇਸਲਾਮ ਵਿੱਚ ਲਿਆਵਾਂਗਾ ਤਾਂ ਮੇਰਾ ਕੰਮ ਹੀ ਬੜਾ ਸੌਖਾ ਹੋ ਗਿਆ। ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਗ੍ਰਿਫਤਾਰ ਕਰਕੇ ਜਾਂ ਆਪਣੇ ਰਾਜ ਦੇ ਜ਼ੋਰ ਨਾਲ ਦੀਨੇ ਇਸਲਾਮ ਵਿੱਚ ਲੈ ਆਵਾਂਗਾ, ਸਾਰੀ ਪਿੱਛੇ ਹਿੰਦੂ ਕੌਮ ਆਪੇ ਮੁਸਲਮਾਨ ਹੋ ਜਾਵੇਗੀ। ਅਤੇ ਉਸ ਸਮੇਂ ਨਰੰਗੇ ਨੇ ਇਹ ਹੁਕਮ ਜਾਰੀ ਕਰ ਦਿੱਤਾ ਸੀਗਾ ਕਿ ਜਿਹੜਾ ਆਪਣੇ ਆਪ ਆਪਣੀ ਖੁਸ਼ੀ ਨਾਲ ਦੀਨੇ ਇਸਲਾਮ ਨੂੰ ਕਬੂਲ ਕਰਦਾ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜ਼ਮੀਨ ਜਾਇਦਾਦ ਜ਼ਖੀਰ ਦਿੱਤੀ ਜਾਵੇ, ਅਤੇ ਜਿਹੜਾ ਇਸਲਾਮ ਨੂੰ ਕਬੂਲ ਨਹੀਂ ਕਰਦਾ ਜੇ ਸਰਕਾਰੀ ਨੌਕਰੀ 'ਤੇ ਤਾਇਨਾਤ ਹੈ ਤਾਂ ਉਹਦੇ ਕੋਲ ਸਰਕਾਰੀ ਨੌਕਰੀ ਖੋ ਲਈ ਜਾਵੇ, ਬਰਖਾਸਤ ਕਰ ਦਿੱਤਾ ਜਾਵੇ। ਜ਼ਮੀਨ ਜਾਇਦਾਦ ਦਾ ਮਾਲਕ ਹੈ ਅਤੇ ਉਹਦੀ ਜ਼ਮੀਨ ਜਾਇਦਾਦ ਖੋ ਲਈ ਜਾਵੇ, ਇਹੋ ਜਿਹੇ ਕਰੜੇ ਹੁਕਮ ਜਾਰੀ ਕਰ ਦਿੱਤੇ ਸੀ ਨਰੰਗੇ ਨੇ। ਫਿਰ ਉਹਨਾਂ ਨੂੰ ਆਪਣੇ ਧਰਮ ਦੀ ਰੋਹ ਰੀਤੀ ਮੁਤਾਬਕ ਆਨੰਦ ਕਾਰਜ ਕਰਨ ਦੀ ਆਗਿਆ ਨਹੀਂ ਸੀ। ਫਿਰ ਇੱਥੋਂ ਤੱਕ ਕਿ ਅੰਤਮ ਸੰਸਕਾਰ ਕਰਨ ਦੀ ਵੀ ਆਪਣੇ ਧਰਮ ਦੀ ਰੀਤੀ ਨਾਲ ਆਗਿਆ ਨਹੀਂ ਸੀ, ਦਫਨਾਉਣਾ ਪੈਂਦਾ ਸੀ, ਸੰਸਕਾਰ ਨਹੀਂ ਸੀ ਹਿੰਦੂਆਂ ਨੂੰ ਕਰਨ ਦਿੰਦਾ। ਭਵਨੇਸ਼ਵਰ ਦੇ ਵਿੱਚ ਬਣੇ ਹੋਏ 33-33 ਕਰੋੜ ਦੀ ਕੀਮਤ ਦੇ ਮੰਦਰ ਗਿਰਾ ਦਿੱਤੇ ਸੀ ਨਰੰਗੇ ਨੇ। ਜਿੰਨੇ ਧਾਰਮਿਕ ਸ਼ਹਿਰ ਸਨ ਉਹਨਾਂ ਦੇ ਨਾਮ ਵੀ ਬਦਲ ਦਿੱਤੇ ਸੀ ਉਸਨੇ, ਕਾਸ਼ੀ ਦਾ ਨਾਮ ਜਿਹੜਾ ਸੀ ਹੋਰ ਹੀ ਰੱਖ ਦਿੱਤਾ, ਫਿਰ ਪ੍ਰਾਇਰਾਗ ਦਾ ਨਾਮ ਜਿਹੜਾ ਸੀ ਉਸਨੇ ਜਿਹੜਾ ਸੀ ਸਾਧ ਸੰਗਤ ਜੀ ਉਹ ਵੀ ਬਦਲ ਦਿੱਤਾ, ਅਯੁੱਧਿਆ ਦਾ ਨਾਮ ਬਦਲ ਦਿੱਤਾ, ਇਉਂ ਸਾਰੇ ਨਾਮ ਜਿਹੜੇ ਸੀ ਨਰੰਗੇ ਦੇ ਤੀਰਥਾਂ ਦੇ ਵੀ ਬਦਲ ਛੱਡੇ ਸੀ। ਜਿੰਨੀਆਂ ਧਰਮ ਦੀਆਂ ਰੋਹ ਰੀਤਾਂ ਸੀ ਉਹ ਸਾਰੀਆਂ ਇਸਨੇ ਖਤਮ ਕਰ ਦਿੱਤੀਆਂ ਸੀ। ਜਿਹੜੇ ਸ਼ਿਵਜੀ ਦੇ ਜਿਹੜੇ 12 ਮੰਦਰ ਮੰਨੇ ਜਾਂਦੇ ਆ, ਜੋਤੀ ਲਿੰਗ ਜਿਨ੍ਹਾਂ ਨੂੰ ਕਹਿੰਦੇ, ਬੜੇ ਮਸ਼ਹੂਰ ਨੇ ਹਿੰਦੂ ਮਤ ਦੇ ਅੰਦਰ, ਉਹਨਾਂ ਦੇ ਅੰਦਰ ਬੜੀ ਪੂਜਾ ਪਾਠ ਕਰਦੇ ਆ, ਇਹ ਵੀ ਮੰਦਰਾਂ ਨੂੰ ਕਸ਼ਤੀ ਇਸਨੇ ਪਹੁੰਚਾਈ ਸੀ। ਜਿਹੜਾ ਬਾਬਾ ਨਾਮਦੇਵ ਜੀ ਦਾ ਦੇਹਰਾ ਹੈ ਉਹਨਾਂ ਮੰਦਰਾਂ ਵਿੱਚੋਂ ਇੱਕ ਮੰਦਰ ਹੈ, ਉਹ ਵੀ ਹਜ਼ੂਰ ਸਾਹਿਬ ਜਦੋਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਉਸ ਮੰਦਰ ਨੂੰ ਵੇਖਦੇ ਜਾ ਕੇ ਗੁਰਸਿੱਖ ਵੀ, ਅਤੇ ਉਸ ਨੂੰ ਕਿਉਂ ਵੇਖਦੇ ਹੈ, ਕਿਉਂਕਿ ਉਹ ਪਰਮੇਸ਼ਰ ਦੇ ਸਾਧ ਸੰਗਤ ਜੀ ਸਾਖਿਆਤ ਹੋਣ ਦੀ ਗਵਾਹੀ ਮੰਦਰ ਦਿੰਦਾ, ਜਿਹਦੇ ਬਾਬਤ ਗੁਰਬਾਣੀ ਵਿੱਚ ਲਿਖਿਆ ਹੋਇਆ ਕਿ ਫਿਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾ ਰਲ। ਗੁਰਬਾਣੀ ਦੀ ਗਵਾਹੀ ਅੱਜ ਵੀ ਉਹ ਮੰਦਰ ਜਾ ਕੇ ਭਾਵੇਂ ਵੇਖ ਲਿਓ, ਅਤੇ ਉਹ ਕੇਵਲ ਸਿੱਖ ਉੱਥੇ ਜਿਹੜਾ ਹੈ ਸ਼ਿਵਲਿੰਗ ਨੂੰ ਮੱਥਾ ਟੇਕਣ ਨਹੀਂ ਜਾਂਦਾ, ਸਿੱਖ ਤਾਂ ਮੰਦਰ ਨੂੰ ਵੇਖਣ ਜਾਂਦੇ ਆ ਕਿ ਮਹਾਰਾਜ ਨੇ ਆਪਣੇ ਭਗਤ ਦੇ ਪਿਆਰ ਵਿੱਚ ਮੰਦਰ ਹੀ ਘੁਮਾ ਦਿੱਤਾ,
ਤੇ ਅੱਜ ਵੀ ਘੁੰਮਿਆ ਹੋਇਆ ਹੈ। ਨਰੰਗੇ ਦੇ ਕੀਤੇ ਹੋਏ ਜ਼ੁਲਮ ਅੱਜ ਵੀ ਮੂੰਹ ਬੋਲ ਦੀ ਤਸਵੀਰ ਹੈ ਇਸ ਭਾਰਤ ਵਰਸ਼ ਦੇ ਅੰਦਰ। ਜੋ ਕੁਝ ਨਰੰਗੇ ਨੇ ਜ਼ੁਲਮ ਢਾਇਆ, ਤੇ ਫਿਰ ਇਤਿਹਾਸ ਕਹਿੰਦਾ ਹੈ ਕਿ ਸਵਾ ਮਣ ਜੰਜੂ ਰੋਜ਼ ਲਾ ਕੇ ਫਿਰ ਰੋਟੀ ਖਾਂਦਾ ਹੁੰਦਾ ਸੀ। ਇੱਕ ਮਾਸੇ ਦਾ ਇੱਕ ਜੰਜੂ ਮਸਾਂ ਹੋਊਗਾ, ਧਾਗੇ ਦਾ ਹੀ ਹੁੰਦਾ ਨਾ, ਤੇ ਉਹਦਾ ਸਵਾ ਮਣ ਇੱਕ ਮਣ ਵਿੱਚ 40 ਕਿਲੋ ਹੁੰਦਾ, ਤੇ ਕਿੰਨੇ ਜੰਜੂ ਰੋਜ਼ ਲਹਿੰਦੇ ਹੋਣਗੇ। ਜਾਮਾ ਮਸਜਿਦ ਤੁਸੀਂ ਵੇਖੀ ਹੋਊਗੀ, ਦਿੱਲੀ 'ਚ ਰਹਿੰਦੇ ਹੋ, ਜਿੰਨੀਆਂ ਜਾਮਾ ਮਸਜਿਦ ਦੀਆਂ ਪੌੜੀਆਂ ਨਾ, ਇਹਨਾਂ ਪੌੜੀਆਂ ਦੇ ਉੱਤੇ ਹਿੰਦੂਆਂ ਦੀਆਂ ਲਾਸ਼ਾਂ ਵਿਛਾਈਆਂ ਹੁੰਦੀਆਂ ਸੀ, ਉਹਨਾਂ ਲਾਸ਼ਾਂ ਦੇ ਉੱਤੋਂ ਦੀ ਟੱਪ ਕੇ ਨਰੰਗਾ ਨਮਾਜ਼ ਪੜ੍ਹਦਾ ਹੁੰਦਾ ਸੀ। ਏਡਾ ਜ਼ਾਲਮ ਸੀਗਾ, ਜਿਸਨੇ ਇਸਲਾਮ ਨੂੰ ਕਬੂਲ ਨਹੀਂ ਕੀਤਾ, ਸ਼ਰੇਆਮ ਉਸਨੂੰ ਕਤਲ ਕਰ ਦਿੱਤਾ ਜਾਂਦਾ ਸੀ, ਅਤੇ ਉਸ ਪੌੜੀਆਂ ਦੇ ਉੱਤੇ ਉਸਦੀ ਲੋਤ ਸਿੱਟੀ ਜਾਂਦੀ ਸੀ ਨਰੰਗੇ ਦੀ ਖੁਸ਼ੀ ਲੈਣ ਵਾਸਤੇ। ਉਹਦੇ ਜਿਹੜੇ ਅਹਿਲਕਾਰ ਸਨ ਉਹ ਪੌੜੀਆਂ ਦੇ ਉੱਤੇ ਲੋਥਾਂ ਵਿਛਾਉਂਦੇ ਸਨ, ਜਿਨ੍ਹਾਂ ਲੋਥਾਂ ਦੇ ਉੱਤੋਂ ਦੀ ਟੱਪ ਕੇ ਨਰੰਗਾ ਨਮਾਜ਼ ਪੜ੍ਹਦਾ ਸੀ। ਕੌਣ ਕਹਿ ਸਕਦਾ ਸੀ ਇਸ ਭਾਰਤ ਵਰਸ਼ ਦੀ ਧਰਤੀ 'ਤੇ ਨਰੰਗੇ ਨੂੰ, ਕਿਉਂਕਿ ਉਹਦਾ ਤੇਜ ਪ੍ਰਤਾਪ ਬਹੁਤ ਸੀ। ਨਰੰਗੇ ਦਾ ਬੜਾ ਵੱਡਾ ਤੇਜ ਪ੍ਰਤਾਪ ਸੀ, ਕੋਈ ਉਹਦੇ ਸਾਹਮਣੇ ਨਹੀਂ ਸੀ ਬੋਲਦਾ, ਕੋਈ ਪੁੱਛਦਾ ਤੱਕ ਨਹੀਂ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਜਫਰਨਾਮੇ ਵਿੱਚ, ਨਰੰਗਿਆ ਤੇਰੀਆਂ ਪੜ੍ਹੀਆਂ 5 ਨਮਾਜ਼ਾਂ ਤੈਨੂੰ ਦੋਜ਼ਖਾਂ ਤੋਂ ਬਚਾ ਨਹੀਂ ਸਕਣਗੀਆਂ। ਤੂੰ ਕੀ ਸਮਝਦਾ ਤੂੰ ਸੱਚਾ ਮੁਸਲਮਾਨ ਹੈ? ਤੂੰ ਮਕਾਰ ਹੈ, ਫਰੇਬੀ ਹੈ, ਝੂਠਾ ਹੈ, ਤੇਰਾ ਅਕੀਦਾ ਪਾਕ ਕੁਰਾਨ 'ਤੇ ਵੀ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਹਾਣੀ ਕਹਿੰਦੀ ਹੈ। ਫਿਰ ਨਰੰਗਾ ਜਿਉਂ ਖਾਂਦਾ ਹੁੰਦਾ ਸੀ, ਵਿਖਾਵਾ ਇੰਨਾ ਸੀਗਾ, ਭਾਵੇਂ ਕਿ ਇਹ ਰਾਜ ਦੇ ਸੁੱਖ ਜਿਹੜੇ ਸੀ ਉਹਨਾਂ ਨੂੰ ਨਹੀਂ ਸੀ ਭੋਗਦਾ, ਆਪਣੀ ਰਿਆਇਆ ਨੂੰ ਦਿਖਾਉਣ ਵਾਸਤੇ ਬੜਾ ਤਵਸਬੀ ਸੀ। ਹਜ਼ੂਰ ਨੇ ਲਿਖਿਆ, ਨਰੰਗਿਆ ਜਿਉਂ ਖਾਣ ਨਾਲ ਮੁਕਤੀ ਨਹੀਂ ਤੇਰੀ ਹੋਣ ਲੱਗੀ, ਜੇ ਜਿਉਂ ਖਾਣ ਨਾਲ ਮੁਕਤੀ ਹੁੰਦੀ ਤਾਂ ਖੋਤੇ ਘੋੜੇ ਬਥੇਰੇ ਜਿਉਂ ਖਾਂਦੇ ਆ, ਫਿਰ ਮੁਕਤ ਨਾ ਹੋ ਜਾਣਗੇ? ਕਿਹਨੇ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਿਨਾਂ? ਸਤਿਗੁਰੂ ਜੀ ਨੇ ਇਸ ਨੂੰ ਇਸਦੇ ਕੀਤਿਆਂ ਦੇ ਬਾਰੇ ਜਾਣਕਾਰੀ ਦਿੱਤੀ। ਅਖੀਰ ਨਰੰਗੇ ਨੂੰ ਇੰਨਾ ਦੁੱਖ ਤੇ ਅਫਸੋਸ ਹੋਇਆ, ਪਰ ਉਸ ਸਮੇਂ ਕੁਝ ਨਹੀਂ ਸੀ ਹੋ ਸਕਦਾ। ਸਤਿਗੁਰੂ ਜੀ ਨੇ ਜਿਹੜਾ ਜਫਰਨਾਮਾ ਲਿਖਿਆ ਉਸ ਨੂੰ ਹਜ਼ੂਰ ਨੇ ਫਤਿਹ ਦੀ ਚਿੱਠੀ ਦਾ ਨਾਮ ਦਿੱਤਾ ਸੀ। ਇਹੋ ਜਿਹੇ ਹਾਲਾਤ ਸਨ ਇਸ ਦੇਸ਼ ਦੀ ਧਰਤੀ ਦੇ, ਤੇ ਜਦੋਂ ਆਪਣੇ ਧਰਮ ਦੀ ਰੱਖਿਆ ਵਾਸਤੇ ਮੈਂ ਹੁਣ ਨਨਕਾਣਾ ਸਾਹਿਬ ਗਿਆ ਸਾਂ, ਕੱਲ੍ਹ ਹੀ ਉੱਥੋਂ ਪਰਤਿਆਂ, ਬਣੇ ਹੋਏ ਪ੍ਰੋਗਰਾਮ ਮੁਤਾਬਕ ਸਿੰਘਾਂ ਨੇ ਕਿਹਾ ਸੀ ਸਾਨੂੰ 2 ਦਿਨ ਦੇ ਕਥਾ ਦਾ ਦੀਵਾਨ ਜ਼ਰੂਰ ਦਿਓ। ਸਤਿਗੁਰੂ ਜੀ ਨੂੰ ਪਾਇਆ ਅਤੇ ਸਮਾਂ ਬਣਿਆ, ਆਪ ਜੀ ਦੇ ਦਰਸ਼ਨ ਕੀਤੇ ਹੈ। ਉੱਥੇ ਗੁਜਰਾਂਵਾਲੇ ਵਿੱਚ ਸ਼੍ਰੀ ਪੰਜਾਬ ਜੀ ਦੀ ਉਹ ਹਵੇਲੀ ਜਿੱਥੇ ਭਾਈ ਮਹਾਂ ਸਿੰਘ ਜੀ ਦੇ ਘਰ ਉਸ ਮਹਾਂਬਲੀ ਸੂਰਬੀਰ ਦਾ ਜਨਮ ਹੋਇਆ, ਭਾਵੇਂ ਕਿ ਉਹ ਦਿਨੋਂ ਦਿਨ ਖੁਰਦੀ ਜਾ ਰਹੀ ਹਵੇਲੀ, ਉੱਥੋਂ ਦਾ DC ਸੀਗਾ ਅਤੇ ਉਸਨੇ ਬੜੇ ਪ੍ਰੇਮ ਨਾਲ ਸਾਨੂੰ ਮਿਲਿਆ, ਅਤੇ ਜਦੋਂ ਮਿਲ ਰਹੇ ਸਾਂ ਤਾਂ ਉਹਦਾ ਲਾਸਟ ਨੇਮ ਸਾਡੇ ਨਾਲ ਦੇ ਸਿੰਘ ਨੇ ਪੁੱਛ ਲਿਆ, ਤਾਂ ਕਹਿਣ ਲੱਗਾ ਤਾਂ ਮਹਾਰਾਜ ਤੁਸੀਂ ਤਾਂ ਫਿਰ ਸਿੱਖ ਤੋਂ ਮੁਸਲਮਾਨ ਹੋਏ ਹੋ। ਬਹੁਤ ਸਾਰੇ ਅਜੇ ਵੀ ਇਹੋ ਜਿਹੀਆਂ ਬਰਾਦਰੀਆਂ ਨੇ ਜਿਹੜੀਆਂ ਹਿੰਦੂ ਸੀਗੀਆਂ ਪਹਿਲਾਂ ਜਾਂ ਸਿੱਖ ਸੀਗੇ। ਸਤਿ ਸੰਗਤ ਜੀ, ਉਹ ਭਾਵੇਂ ਕਿ
ਧਰਮ ਦੇ ਮੁਤਾਬਕ ਆਪਾਂ ਬਾਹਰੋਂ ਲਿਬਾਸ ਪਾਇਆ ਹੁੰਦਾ, ਪਰ ਜਦੋਂ ਰਾਜ ਦੀ ਸ਼ਕਤੀ ਨਾਲ ਕੋਈ ਧਰਮ ਨੂੰ ਕਨਵਰਟ ਕਰਨ ਦਾ ਯਤਨ ਕਰਦਾ ਨਾ, ਉਦੋਂ ਫਿਰ ਗੁਰੂ ਦਾ ਪਿਆਰਾ ਹੀ ਕੋਈ ਟਿਕਦਾ। ਜਿਹਨੂੰ ਸੰਸਾਰ ਦੇ ਸੁੱਖਾਂ ਦਾ ਲਾਲਚ ਨਾ ਹੋਵੇ, ਜ਼ਿੰਦਗੀ ਨਾਲ ਪ੍ਰੇਮ ਨਾ ਹੋਵੇ, ਇਹ ਜੋ ਕੁਝ ਅਸੀਂ ਆਪਣੇ ਸਮਾਜ ਵਿੱਚ ਵੇਖਦੇ ਹਾਂ, ਸਰੀਰਾਂ ਦੇ ਮੋਹ ਵਿੱਚ ਫਸਿਆ ਹੋਇਆ ਮਨ ਉਹ ਉਸ ਜ਼ੁਲਮ ਦਾ ਟਾਕਰਾ ਕਰਦਾ। ਨਹੀਂ ਤਾਂ ਉਸ ਸਮੇਂ ਦੇ ਹਾਲਾਤ ਇਹ ਸੀਗੇ ਕਿ ਬਹੁਤ ਸਾਰੇ ਮੁਸਲਮਾਨ ਹੋ ਗਏ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਦੀ ਸ਼ਹਾਦਤ ਨਾ ਦਿੰਦੇ ਤਾਂ ਇਸ ਭਾਰਤ ਵਰਸ਼ ਦੀ ਤਵਾਰੀਖ ਕੋਈ ਹੋਰ ਹੋਣੀ ਸੀ। ਮੈਂ ਜ਼ਿਕਰ ਕਰਦਾ ਹੁੰਦਾ, ਸ਼ਾਇਦ ਕਈਆਂ ਪ੍ਰੇਮੀਆਂ ਨੇ ਸੁਣਿਆ ਵੀ ਹੋਊਗਾ, ਕਿਉਂਕਿ ਹਜ਼ੂਰ ਦੀ ਸ਼ਹਾਦਤ ਦਾ ਜਦੋਂ ਜ਼ਿਕਰ ਆਉਂਦਾ ਫਿਰ ਕੁਦਰਤੀ ਚੇਤਾ ਆ ਜਾਂਦਾ। ਇੰਗਲੈਂਡ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਅਸੀਂ ਆਪਣਾ ਸੋਨੇ ਦਾ ਤਖ਼ਤ ਵੇਖ ਰਹੇ ਸਾਂ, ਜਿਸ ਤਖ਼ਤ ਦੇ ਉੱਤੇ ਸ਼ੇਰੇ ਪੰਜਾਬ ਜੀ ਸਜਿਆ ਕਰਦੇ ਸੀ, ਇੰਨੇ ਅਮੀਰ ਸਾਂ ਅਸੀਂ। ਉੱਥੇ ਸਾਨੂੰ ਹਿੰਦੂ ਜੈਂਟਲਮੈਨ ਮਿਲੇ, ਅਸੀਂ ਤਖ਼ਤ ਵੇਖ ਕੇ ਆ ਗਏ ਸੀ ਅਤੇ ਉਹਨਾਂ ਨੇ ਪੁੱਛਿਆ ਜੀ ਇਹ ਯਹਾਂ ਪਰ ਸ਼ੇਰੇ ਪੰਜਾਬ ਜੀ ਕਾ ਸੋਨੇ ਕਾ ਤਖ਼ਤ ਹੈ, ਆਪਕੋ ਮਾਲੂਮ ਹੈ ਕਿੱਧਰ ਹੈ? ਅਸੀਂ ਦੱਸ ਦਿੱਤਾ ਕਿ ਅੱਗੇ ਜਾ ਕੇ ਇੱਧਰ ਨੂੰ ਮੁੜ ਜਾਇਓ, ਸਾਹਮਣੇ ਸ਼ੀਸ਼ੇ 'ਚ ਮੜਿਆ ਹੋਇਆ ਤਖ਼ਤ ਤੁਸੀਂ ਦਰਸ਼ਨ ਹੋ ਜਾਣਗੇ। ਦੋ ਕਦਮ ਅੱਗੇ ਚੱਲ ਕੇ ਉਹ ਹਿੰਦੂ ਜੈਂਟਲਮੈਨ, ਤਿੰਨ ਚਾਰ ਜਾਣੇ ਸੀ, ਬੋਲਿਆ ਪੁੱਛੇ ਨੂੰ ਮੁੱਖ ਕਰਕੇ, ਕਹਿਣ ਲੱਗਾ ਬਾਬਾ ਜੀ ਹਮ ਆਪਕੋ ਜਾਣਦੇ ਹਾਂ, ਆਪ ਕੌਣ ਹੋ? ਮੈਂ ਕਿਹਾ ਕੀ ਜਾਣਦੇ ਹੋ ਤੁਸੀਂ ਸਾਡੇ ਬਾਰੇ? ਕਹਿੰਦੇ ਆਪ ਗੁਰੂ ਤੇਗ ਬਹਾਦਰ ਸਾਹਿਬ ਕੇ ਸਿੱਖ ਹੋ, ਹਮ ਜੇ ਜਾਣਦੇ ਹਾਂ ਕਿ ਅਗਰ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਬਲੀਦਾਨ ਨਾ ਦਿੱਤੇ ਆਜ ਹਿੰਦੁਸਤਾਨ ਅਫਗਾਨਿਸਤਾਨ ਜੈਸਾ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਦਿੱਤੀ ਹੋਈ ਸ਼ਹਾਦਤ ਇੱਕ ਵੀ ਹਿੰਦੂ ਦਾ ਜੰਜੂ ਨਹੀਂ ਸੀ ਫਿਰ ਉਤਾਰਿਆ ਗਿਆ। ਸਤਿਗੁਰੂ ਜੀ ਦੀ ਸ਼ਹਾਦਤ ਬੜੀ ਅਦੁੱਤੀ ਹੈ। ਸਮਾਂ ਉਹਦੇ ਲਈ ਸਾਧ ਸੰਗਤ ਜੀ ਚਾਹੀਦਾ, ਟੂਕ ਮਾਤਰ ਮੈਂ ਬੇਨਤੀ ਕਰਕੇ ਫਿਰ ਸ਼ਬਦ ਦੀ ਕਥਾ ਆਰੰਭ ਕਰਾਂ, ਕਿਉਂਕਿ ਸ਼ਬਦ ਦੀ ਕਥਾ ਨੂੰ ਹੀ 20-25 ਮਿੰਟ ਲੱਗ ਜਾਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਆਏ ਸੀ, ਨਰੰਗੇ ਨੇ ਹਰ ਹੀਲਾ ਵਰਤਿਆ। ਹਜ਼ੂਰ ਨੂੰ ਮਿਲਣ ਤੋਂ ਪਹਿਲਾਂ ਹੀ ਉਸਨੇ ਭੂਤਾਂ ਦੀ ਹਵੇਲੀ ਵਿੱਚ ਠਹਿਰਾਉਣ ਕਰਕੇ ਇਹ ਸੋਚਿਆ, ਇਹਦੇ ਮੰਤਰੀਆਂ ਨੇ ਸਲਾਹ ਦਿੱਤੀ ਸੀ। ਗੁਰੂ ਸਾਹਿਬ ਦੀ ਬਾਬਤ ਪੁੱਛਦਾ ਹੈ ਕਿ ਮਹਾਰਾਜ ਨੂੰ ਮੈਂ ਕਿਸ ਤਰ੍ਹਾਂ ਮਿਲਾਂ, ਕੀ ਆਖਾਂ, ਤੁਹਾਡੀ ਕੀ ਰਾਏ ਹੈ? ਵੇਖ ਲਓ ਕਿੱਡੇ ਕੁ ਸਿਆਣੇ ਹੋਣਗੇ, ਕਿਉਂਕਿ ਇਹ ਉਹ ਮੰਤਰੀ ਵੀ ਵਿੱਚ ਹਨ, ਖੁਦ ਨਿਰੰਗਾ ਆਪ ਹੈ ਜਿਸਨੇ ਬਾਬਾ ਰਾਮ ਰਾਏ ਗੁਰੂ ਪੁੱਤਰ ਕੋਲੋਂ ਕਰਾਮਾਤਾਂ ਵੇਖੀਆਂ। ਇਹ ਦਿੱਲੀ ਹੈ, ਤੁਸੀਂ ਇੱਥੇ ਰਹਿੰਦੇ ਹੋ। ਅੱਜ ਸਿੱਖਾਂ ਨੂੰ ਇਸ ਗੱਲ ਤੋਂ ਵੀ ਗੁੰਮਰਾਹ ਕੀਤਾ ਜਾ ਰਿਹਾ, ਕਰਾਮਾਤ ਹੁੰਦੀ ਨਹੀਂ। ਬਾਬਾ ਰਾਮ ਰਾਏ ਜੀ ਨੂੰ ਸਤਿਗੁਰੂ ਜੀ ਨੇ ਇਹ ਕਹਿ ਕੇ ਭੇਜਿਆ ਸੀ ਕਿ ਪੁੱਤਰ ਤੇਰੀ ਰਸਨਾ ਤੇ ਵਸਾਂਗੇ, ਜੋ ਕਹੇਗਾ ਸਤ ਹੋ ਜਾਵੇਗਾ। ਤੇ ਬਾਬਾ ਰਾਮ ਰਾਏ ਜੀ ਨੇ ਨੁਰੰਗੇ ਨੂੰ ਉਹਦੇ ਕਹਿਣ ਤੇ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਸੀਗੀਆਂ। ਤੇ ਬਾਬਾ ਰਾਮ ਰਾਏ ਜੀ ਤਾਂ ਗੁਰੂ ਪੁੱਤਰ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਖੁਦ ਗੁਰੂ ਪਦਵੀ ਤੇ ਬਿਰਾਜਮਾਨ ਹਨ, ਪਰ ਫਿਰ ਵੀ ਇਹਨਾਂ ਦੀ ਅਕਲ ਦਾ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਦੇ ਮੰਤਰੀਆਂ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਭੂਤਾਂ ਦੀ ਹਵੇਲੀ ਵਿੱਚ ਠਹਿਰਾਓ,
ਆਪੇ ਹੀ ਡਰਦੇ ਹੋਏ ਦੀਨੇ ਸਲਾਮ ਨੂੰ ਕਬੂਲ ਕਰਨਗੇ। ਉਹ ਹਵੇਲੀ ਦੀ ਬਾਬਤ ਲਿਖਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਦੇ ਅੰਦਰ ਕਿ ਉਹਦੇ ਦਿਨੇ ਵੀ ਕੋਈ ਲਾਗੇ ਨਹੀਂ ਜੀ ਜਾਂਦਾ ਤੇ ਰਾਤ ਨੂੰ ਤਾਂ ਲੰਘਣੇ ਕਿਸੇ ਕੀ। ਤੇ ਉੱਥੇ ਸਤਸੰਗਤ ਜੀ ਸਤਿਗੁਰੂ ਜੀ ਨੂੰ ਨਿਵਾਸ ਦਿੱਤਾ ਗਿਆ ਮੁਲਾਕਾਤ ਤੋਂ ਪਹਿਲਾਂ। ਜਿਸ ਸ਼ਾਮ ਮਹਾਰਾਜ ਆਗਰੇ ਤੋਂ ਆਏ ਹੈ ਤੇ ਸਤਿਗੁਰੂ ਜੀ ਨੂੰ ਉਸ ਭੂਤਾਂ ਦੀ ਹਵੇਲੀ ਵਿੱਚ ਠਹਿਰਾਇਆ ਗਿਆ ਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜ਼ਿਕਰ ਹੈ ਹਜ਼ੂਰ ਦੇ ਉੱਥੇ ਆਉਣ ਕਰਕੇ ਅੱਧੀ ਰਾਤ ਦਾ ਜਦੋਂ ਵਕਤ ਹੋਇਆ ਤੇ ਉਹ ਪ੍ਰੇਤ ਜਿਹੜਾ ਸੀ ਸਤਿਗੁਰੂ ਜੀ ਦੇ ਸਾਹਮਣੇ ਪ੍ਰਗਟ ਹੋਇਆ। ਗਰੀਬ ਨੂੰ ਅੱਜ ਸਤਿਗੁਰੂ ਜੀ ਦੇ ਅੱਗੇ ਉਸਨੇ ਬੇਨਤੀ ਕੀਤੀ, ਮਹਾਰਾਜ ਮੇਰੇ ਭਾਗ ਜਾਗੇ ਆ ਜੋ ਤੁਸੀਂ ਇਸ ਹਵੇਲੀ ਵਿੱਚ ਚਰਨ ਪਾਏ ਹੈ, ਸੱਚੇ ਪਾਤਸ਼ਾਹ ਮੈਨੂੰ ਮੁਕਤ ਕਰੋ। ਗਰੀਬ ਨੂੰ ਅੱਜ ਸਤਿਗੁਰੂ ਜੀ ਨੇ ਤਿਸ ਸਮੇਂ ਭਾਵੇਂ ਕਿ ਪ੍ਰਸੰਗ ਲੰਬਾ ਹੈ ਉਸਨੇ ਹਜ਼ੂਰ ਨੂੰ ਗੰਨੇ ਭੇਟ ਕੀਤੇ ਸੀ ਲਿਆ ਕਰਕੇ ਤੇ ਦੀਵਾਨ ਮਤੀ ਦਾਸ ਜੀ ਨੇ ਸਾਫ ਕਰਕੇ ਨਾ ਜਲ ਨਾਲ, ਕਿਉਂਕਿ ਪ੍ਰੇਤ ਜਿਹੜੀ ਚੀਜ਼ ਨੂੰ ਹੱਥ ਲਾਵੇ ਉਹ ਵਿਸ਼ਟਾ ਬਣ ਜਾਂਦੀ। ਕਿਸੇ ਵੀ ਚੀਜ਼ ਨੂੰ ਪ੍ਰੇਤ ਛੋਵੇ ਨਾ ਉਹ ਗੰਦਗੀ ਦਾ ਰੂਪ ਧਾਰਨ ਕਰ ਜਾਂਦੀ ਹੈ, ਸਜ਼ਾ ਵਾਲੀ ਜੂਨ ਹੁੰਦੀ ਹੈ। ਸੂਈ ਦੇ ਨੱਕੇ ਜਿੰਨਾ ਮੂੰਹ ਹੁੰਦਾ ਸਵਾ ਮਣ ਭੁੱਖ ਰੋਜ਼ ਲੱਗਦੀ ਹੈ ਤੇ ਲਹੂ ਪਾਕ ਤੇ ਵਿਸ਼ਟਾ ਇਹਨਾਂ ਦੀ ਖੁਰਾਕ ਹੁੰਦੀ। ਇੰਨੀ ਕਸ਼ਟ ਵਾਲੀ ਜੂਨ ਹੈ ਪ੍ਰੇਤ ਪਿੰਜਰ ਮੈਂ ਕਸ਼ਟ ਘਨੇਰੇ, ਹਜ਼ੂਰ ਨੇ ਕਿਹਾ। ਭਾਵੇਂ ਕਿ ਅੱਜ ਸਿੱਖਾਂ ਨੂੰ ਵੀ ਸਿਖਾਇਆ ਜਾਂਦਾ ਕੋਈ ਭੂਤ ਨਹੀਂ ਹੁੰਦੇ, ਕੋਈ ਪ੍ਰੇਤ ਨਹੀਂ ਹੁੰਦੇ, ਤੇ ਕਾਹਨੂੰ ਪਤਾ ਲੱਗਦਾ ਜੇ ਸੰਗਤ ਹੀ ਨਾ ਕਰੀਏ ਤਾਂ ਫਿਰ ਸਤਿਗੁਰੂ ਦਾ ਇਤਿਹਾਸ ਆਪਾਂ ਕਿੱਧਰ ਨੂੰ ਲਿਜਾਵਾਂਗੇ, ਕਿਹੜੇ ਤਰੀਕੇ ਨਾਲ ਬੱਚਿਆਂ ਨੂੰ ਸਾਖੀਆਂ ਸੁਣਾਓਗੇ ਗੁਰੂ ਨਾਨਕ ਸਾਹਿਬ ਦੀਆਂ, ਕਿਉਂਕਿ ਉਹ ਕਰਾਮਾਤ ਤੋਂ ਹੀ ਸ਼ਕਤੀ ਤੋਂ ਹੀ ਤੁਹਾਨੂੰ ਤੋੜਿਆ ਜਾ ਰਿਹਾ। ਪਰ ਕਰਾਮਾਤ ਇੱਕ ਸੂਤਰ ਵਿੱਚ ਪਰੋਈ ਸੀ। ਕਰਾਮਾਤ ਨੂੰ ਕਹਿਰ ਦਾ ਨਾਮ ਕਿਉਂ ਕਿਹਾ ਸੀ? ਇਹ ਨਹੀਂ ਕਿ ਗੁਰੂ ਮਹਾਰਾਜ ਵਿੱਚ ਸ਼ਕਤੀਆਂ ਨਹੀਂ, ਸ਼ਕਤੀਆਂ ਤੇ ਗੁਰੂ ਜੀ ਦੇ ਕੁੱਤਿਆਂ ਵਿੱਚ ਹੁੰਦੀਆਂ, ਸਿੱਖਾਂ ਦੀ ਤਾਂ ਬਾਤ ਹੀ ਕੀ ਹੈ। ਇਸ ਕਰਕੇ ਇਸ ਭੇਦ ਨੂੰ ਸਮਝਣਾ ਚਾਹੀਦਾ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਹ ਜੋ ਗੰਨੇ ਦੇ ਛਿੱਲੜ ਸੀ ਨਾ ਮਹਾਰਾਜ ਨੇ ਜਿਨ੍ਹਾਂ ਨੂੰ ਆਪਣੇ ਮੁੱਖ ਨਾਲ ਛੁਹਾਇਆ ਸੀਗਾ ਸਾਧ ਸੰਗਤ ਜੀ, ਉਹ ਛਿੱਲੜ ਜਦੋਂ ਪ੍ਰੇਤ ਨੇ ਚੁੱਕ ਕੇ ਮੂੰਹ 'ਚ ਪਾਏ ਸੀ ਤੇ ਉਹ ਸਦਗਤੀ ਨੂੰ ਪ੍ਰਾਪਤ ਹੋ ਗਿਆ ਸੀ। ਤੇ ਫਿਰ ਉਸਨੇ ਦੱਸਿਆ ਸੀ ਹਜ਼ੂਰ ਨੂੰ ਕਿ ਮਹਾਰਾਜ ਮੇਰਾ ਇਸ ਹਵੇਲੀ ਦੇ ਉੱਤੇ ਹੱਕ ਨਹੀਂ ਸੀਗਾ, ਪਰ ਮੈਂ ਝੂਠੀ ਗਵਾਹੀ ਦੇ ਕੇ ਇਸ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਥੋੜੇ ਦਿਨਾਂ ਬਾਅਦ ਮਰ ਗਿਆ ਸਾਂ ਤੇ ਹੁਣ ਪ੍ਰੇਤ ਬਣ ਕੇ ਮੈਨੂੰ ਇਸ ਹਵੇਲੀ ਵਿੱਚ ਰਹਿਣਾ ਪੈਂਦਾ ਕਿਉਂਕਿ ਮੈਂ ਝੂਠੀ ਗਵਾਹੀ ਦੇ ਕੇ ਇਸ ਨੂੰ ਜਿੱਤਿਆ ਸੀ। ਜੇ ਝੂਠ ਬੋਲ ਕੇ ਜ਼ਮੀਨ ਜਾਇਦਾਦ ਤੇ ਕਬਜ਼ਾ ਕਰੀਏ ਤੇ ਵੇਖ ਲਓ ਪ੍ਰਸਾਦ ਕੀ ਮਿਲਦਾ, ਪ੍ਰੇਤ ਬਣਨਾ ਪੈਂਦਾ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਸਤਿਗੁਰੂ ਜੀ ਦੀ ਬਾਬਤ ਸੋਚ ਰਹੇ ਸੀ ਕਿ ਮਹਾਰਾਜ ਡਰ ਗਏ ਹੋਣੇ ਆ ਪ੍ਰੇਤ ਤੋਂ। ਹਜ਼ੂਰ ਦਾ ਜਦੋਂ ਪਤਾ ਲੱਗਾ ਕਿ ਮਹਾਰਾਜ ਤਾਂ ਉਵੇਂ ਹੀ ਸ਼ਾਂਤ ਚਿੱਤ ਹੈ, ਫਿਰ ਮੁਲਾਕਾਤ ਦਾ ਸਮਾਂ ਠਹਿਰਾਇਆ ਗਿਆ। ਸਤਿਗੁਰੂ ਜੀ ਨੂੰ ਉੱਚੀ ਥਾਂ ਤੇ ਚੰਦਨ ਦੇ ਪਲੰਘੇ ਤੇ ਬਿਠਾਇਆ ਨਰੰਗੇ ਨੇ, ਆਪਣੇ ਤਖ਼ਤ ਤੋਂ ਉੱਚਾ ਤਖ਼ਤ ਲਾਇਆ। ਸਤਿਗੁਰੂ ਜੀ ਨੂੰ ਉੱਠ ਕੇ ਸਿਜਦਾ ਕੀਤਾ। ਤਵਾਰੀਖ ਵਿੱਚ ਲਿਖਿਆ ਹੈ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨਰੰਗੇ ਦੀ ਕਚਹਿਰੀ ਵਿੱਚ ਆਏ ਨਾ, ਸਤਿਗੁਰੂ ਜੀ ਪੰਜਾਂ ਸਿੱਖਾਂ ਸਮੇਤ ਇਹ ਭਾਰਤ ਦੇਸ਼ ਦੇ ਲੋਕ ਮੁਸਲਮਾਨ ਨਰੰਗੇ ਦੀ ਸਭਾ ਕਾਜੀ ਮੰਤਰੀ ਜਦੋਂ ਨਰੰਗਾ ਹੀ ਤਖ਼ਤ ਤੋਂ ਉੱਠ ਪਿਆ ਤਾਂ ਸਭ ਨੇ ਉੱਠਣਾ ਹੀ ਸੀ।
ਉੱਠ ਪਏ ਸਾਰੇ। ਹਜ਼ੂਰ ਜਦੋਂ ਅੰਦਰ ਪ੍ਰਵੇਸ਼ ਕੀਤੇ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਦਾ ਦਰਸ਼ਨ ਕਰ ਕਰਕੇ ਮੁਸਲਮਾਨਾਂ ਨੂੰ ਵੀ ਚਿੱਤ ਵਿੱਚ ਠੰਡ ਪੈ ਰਹੀ। ਕੋਈ ਕੋਈ ਵੇਖ ਕੇ ਕਹਿ ਰਿਹਾ ਹੈ ਕਿ ਐਸੇ ਦਰਵੇਸ਼ ਨੇ, ਚਿੱਤ ਕਰਦਾ ਹੈ ਕਿ ਵੇਖੀ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਵੀ ਚਿਹਰੇ ਇਉਂ ਨੂਰ ਨਾਲ ਲੱਗਦੇ ਹੈ। ਹਜ਼ੂਰ ਨੂੰ ਉੱਠ ਕੇ ਸਿਜਦਾ ਕੀਤੀ ਹੈ ਨਰੰਗੇ ਨੇ, ਮਹਾਰਾਜ ਨੂੰ ਤਖ਼ਤ 'ਤੇ ਬੈਠਣ ਵਾਸਤੇ ਬੇਨਤੀ ਕੀਤੀ ਹੈ। ਸਤਿਗੁਰੂ ਜੀ ਉਸ ਤਖ਼ਤ 'ਤੇ ਸੱਜ ਬੈਠੇ ਹੈ, ਨਰੰਗਾ ਵੀ ਤਖ਼ਤ 'ਤੇ ਸੱਜ ਗਿਆ, ਮੰਤਰੀ ਆਪੋ ਆਪਣੀ ਜਗ੍ਹਾ 'ਤੇ ਬੈਠ ਗਏ ਹੈ। ਸੰਨਾਟਾ ਛਾਇਆ ਹੋਇਆ ਅਤੇ ਗੁਰਦੇਵ ਨੇ ਕਿਹਾ, ਦਿੱਲੀ ਨਾਥ ਤੂੰ ਸਾਨੂੰ ਕਿਸ ਵਾਸਤੇ ਬੁਲਾਇਆ ਦੱਸ। ਨਰੰਗੇ ਨੇ ਫਿਰ ਬਹੁਤ ਸਾਰੀਆਂ ਗੱਲਾਂ ਉਹਨਾਂ ਵਾਸਤੇ, ਸਾਧ ਸੰਗਤ ਜੀ ਬੜਾ ਵਿਸਥਾਰ ਪੂਰਵਕ ਸਮਾਂ ਚਾਹੀਦਾ, ਹਜ਼ੂਰ ਨੂੰ ਬਹੁਤ ਕੁਛ ਕਿਹਾ। ਆਪਣੇ ਰਾਜ ਸ਼ਕਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਸ਼ਾਮ, ਦਾਨ, ਦੰਡ, ਭੇਦ ਇਹ ਸਾਰੇ ਤਰੀਕੇ ਵਰਤੇ ਉਸਨੇ, ਮਹਾਰਾਜ ਨੂੰ ਭਰਮਾਉਣਾ ਚਾਹਿਆ। ਇੱਥੋਂ ਤੱਕ ਸਤਿਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਵੇਖੋ, ਤੁਹਾਡੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ, ਉਹ ਕੋਈ ਹਿੰਦੂ ਮੁਸਲਮਾਨ ਵਿੱਚ ਫਰਕ ਨਹੀਂ ਸਮਝਦੇ, ਅਤੇ ਮਹਾਰਾਜ ਵੇਖੋ ਜਦੋਂ ਤੁਹਾਡਾ ਵੀ ਇੱਕ ਦੇ ਉੱਤੇ ਭਰੋਸਾ ਹੈ ਤਾਂ ਤੁਸੀਂ ਫਿਰ ਮੇਰਾ ਸਾਥ ਦਿਓ ਹੁਣ, ਅਤੇ ਮੈਂ ਤੁਹਾਨੂੰ ਹਿੰਦੁਸਤਾਨ ਦਾ ਵੱਡਾ ਪੀਰ ਬਣਾ ਦਿਆਂਗਾ, ਸਾਰਾ ਤੁਰਕਾਨਾ ਤੁਹਾਡੇ ਚਰਨਾਂ 'ਤੇ ਝੁਕ ਜਾਏਗਾ, ਤੁਸੀਂ ਮਹਾਰਾਜ ਦੀਨ ਇਸਲਾਮ ਨੂੰ ਕਬੂਲ ਕਰ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ, ਔਰੰਗਜ਼ੇਬ ਇਹ ਤੂੰ ਕਿਸ ਵਾਸਤੇ ਕਰਨਾ ਚਾਹੁੰਦਾ? ਕਹਿੰਦਾ, ਮਹਾਰਾਜ ਇਸ ਹਿੰਦੁਸਤਾਨ ਦੇ ਵਿੱਚੋਂ ਝਗੜੇ ਸਾਰੇ ਮੁੱਕ ਜਾਣਗੇ, ਮੈਂ ਸਾਰਾ ਧਰਮ ਹੀ ਇੱਕ ਕਰ ਦੇਣਾ ਚਾਹੁੰਦਾ। ਮਹਾਰਾਜ ਕਹਿੰਦੇ, ਮੁਸਲਮਾਨ ਸਾਰੇ ਹੋ ਜਾਣਗੇ, ਤੇਰਾ ਖਿਆਲ ਹੈ ਕਿ ਝਗੜੇ ਮੁੱਕ ਜਾਣਗੇ? ਕਹਿੰਦਾ, ਹਾਂ ਮਹਾਰਾਜ। ਹਜ਼ੂਰ ਕਹਿੰਦੇ ਨੇ, ਤੁਹਾਡੇ ਆਪਣੇ ਇਸਲਾਮ ਦੇ ਝਗੜੇ ਮੁੱਕ ਗਏ ਹੈ, ਸ਼ੀਆ ਅਤੇ ਸੁੰਨੀ ਇੱਕ ਦੂਸਰੇ ਦੇ ਕਿੰਨੇ ਵੈਰੀ, ਜੇ ਤਾਂ ਤੁਹਾਡੇ ਆਪਣੇ ਝਗੜੇ ਮੁੱਕ ਗਏ ਤਾਂ ਫਿਰ ਇਹਨਾਂ ਨੂੰ ਵੀ ਬਣਾ ਲੈ, ਝਗੜੇ ਤਾਂ ਨੇਤਾ ਨਹੀਂ ਮੁੱਕ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬਹੁਤ ਯਤਨ ਕੀਤੇ ਇਸਨੇ, ਅਖੀਰ ਇਸਨੇ ਸੋਚ ਲਿਆ, ਕਹਿੰਦਾ ਫਕੀਰ ਕਿਸੇ ਗੱਲ ਨਾਲ ਇਹ ਮੰਨਦੇ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੱਲਬਾਤ ਵਿੱਚ ਥੋੜ੍ਹਾ ਨੀਵਾਂ ਦਿਖਾ ਸਕਦਾ ਸੀ। ਹਜ਼ੂਰ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਨਰੰਗਿਆ ਤੂੰ ਸੋਚਦਾ ਕਿ ਇਸ ਚੰਦਨ ਦੀ ਚੌਂਕੀ 'ਤੇ ਬਿਠਾ ਕੇ, ਉਸਨੇ ਕਿਹਾ ਸੀ, ਮਹਾਰਾਜ ਇੱਥੇ ਮੇਰਾ ਮੁਰਸ਼ਦ ਬੈਠਦਾ ਰਿਹਾ, ਮੈਂ ਵੇਖੋ ਤੁਹਾਡਾ ਇੰਨਾ ਆਦਮ ਸਤਿਕਾਰ ਕਰਦਾ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ, ਜੇ ਤੂੰ ਸਾਨੂੰ ਥੱਲੇ ਧੂੜ ਵਿੱਚ ਵੀ ਬਿਠਾਉਂਦੋ ਤਾਂ ਸਾਡਾ ਕੁਛ ਨਹੀਂ ਸੀ ਘਟਣਾ, ਕਿਉਂਕਿ ਜਿਹੜਾ ਆਪਾਂ ਸ਼ਬਦ ਸੁਣਿਆ ਸੀ ਨਾ, ਰਾਗੀ ਸਿੰਘ ਗਾਇਨ ਕਰ ਰਹੇ ਸੀ, ਨਹਿ ਨਿੰਦਿਆ ਨਹਿ ਉਸਤਤ ਜਾਣੋ। ਹਜ਼ੂਰ ਦੀ ਉਹ ਅਵਸਥਾ ਹੈ ਕਿ ਸਾਰਾ ਸੰਸਾਰ ਸਤਿਗੁਰੂ ਦੀ ਨਿੰਦਾ ਕਰੀ ਜਾਵੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੁਝ ਨਹੀਂ ਘਟਣ ਲੱਗਾ, ਸਾਰਾ ਸੰਸਾਰ ਸਤਿਗੁਰੂ ਜੀ ਦੀ ਜੈ ਜੈਕਾਰ ਕਰੀ ਜਾਵੇ ਅਤੇ ਮਹਾਰਾਜ ਦਾ ਕੁਝ ਵਧਣ ਨਹੀਂ ਲੱਗਾ, ਕਿਉਂਕਿ ਮਹਾਰਾਜ ਉਹ ਸਰੂਪ ਨੇ ਕਿ ਜ਼ਮੀਨ ਜਮਾ ਕੇ ਵਿਖਾ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਵਾਢ ਘਾਟ ਹੋਤ ਹੈ। ਸਤਿਗੁਰੂ ਜੀ ਨਿੰਦਾ ਉਸਤਤ ਤੋਂ ਪਰੇ ਹੈ, ਮਹਾਰਾਜ ਦੇ ਸਿੱਖ ਸਤਿਗੁਰੂ ਜੀ ਦੀ ਸਿੱਖਿਆ ਪਾ ਕੇ ਇਹਨਾਂ ਚੀਜ਼ਾਂ ਤੋਂ ਪਰੇ ਹੋ ਜਾਂਦੇ ਹੈ, ਅਤੇ ਸਤਿਗੁਰੂ ਜੀ ਨੂੰ ਝੂਠੀ ਖੁਸ਼ਾਮਦ ਕਰਕੇ ਨਰੰਗਾ ਕਿਵੇਂ ਪ੍ਰਭਾਵਿਤ ਕਰ ਸਕਦਾ ਸੀ। ਅਖੀਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਹਜ਼ੂਰ ਨੂੰ ਇਹ ਤਸੀਹਿਆਂ ਦਾ ਦੌਰ ਚੱਲਿਆ, ਮਹਾਰਾਜ ਨੂੰ ਪਿੰਜਰੇ ਵਿੱਚ ਕੈਦ ਕਰਨਾ, ਉਹ ਵੀ ਪਿੰਜਰਾ ਐਸਾ ਜਿਹਨੂੰ ਅੰਦਰ ਨੂੰ ਤਿੱਖੇ ਤਿੱਖੇ ਗਿਲ ਸੀ, ਜ਼ਹਿਰ ਦੀ ਪੁੱਠ ਚਾੜੀ ਹੋਈ ਸੀ,
ਜਰਕ ਮਹਾਰਾਜ ਪਾਸ਼ਾ ਬਾਹਰ ਵੱਟਣ ਅਤੇ ਸ਼ਹੀਦੀ ਦਾ ਕਾਰਨ ਵਾਪਰ ਸਕਦਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹੀ ਸੰਗੀਨ ਥਾਂ 'ਤੇ ਹਜ਼ੂਰ ਖਲੋਤੇ, ਹੁਕਮ ਚਾੜ ਦਿੱਤਾ ਪੀਣ ਨੂੰ ਪਾਣੀ ਨਾ ਦਿੱਤਾ ਜਾਵੇ, ਖਾਣ ਨੂੰ ਪ੍ਰਸ਼ਾਦਾ ਨਾ ਦਿੱਤਾ ਜਾਵੇ, ਨਿੰਦਰਾ ਨਾ ਲੈਣ ਦਿੱਤੀ ਜਾਵੇ। ਅਤੇ ਆਪ ਅੰਦਾਜ਼ਾ ਲਾ ਸਕਦੇ ਹੋ ਚਾਰ ਪਾਰ ਬਾਅਦ ਜੇ ਸਾਨੂੰ ਸੌਣ ਦੇ ਵਾਸਤੇ ਨਾ ਮਿਲੇ ਤਾਂ ਵੇਖੋ ਮਨੁੱਖੀ ਦਿਮਾਗ ਦੀ ਕੀ ਹਾਲਤ ਹੁੰਦੀ ਹੈ। ਸਾਨੂੰ ਰੋਟੀ ਖਾਣ ਨੂੰ ਨਾ ਮਿਲੇ ਤਾਂ ਵੇਖੋ ਸਾਡਾ ਹਾਲ ਕੀ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਬਿਨਾਂ ਨੀਂਦ ਤੋਂ ਜਦੋਂ ਹਜ਼ੂਰ ਦੀ ਸਿੱਖਿਆ ਜਿਹੜੇ ਨਾਮ ਦਾ ਪ੍ਰਸਾਦ ਪ੍ਰਾਪਤ ਕਰ ਲੈਂਦੇ ਹਨ, ਉਹ ਨੀਂਦ ਤੋਂ, ਭੁੱਖ ਤੋਂ, ਤੇਹ ਤੋਂ ਆਜ਼ਾਦ ਹੋ ਜਾਂਦੇ। ਇਹ ਸਾਧੂਆਂ ਵਿੱਚ, ਗੁਰੂ ਜੀ ਦੇ ਪਿਆਰਿਆਂ ਵਿੱਚ ਇਹ ਦਾਤ ਆ ਜਾਂਦੀ ਹੈ ਕਿ ਉਹ ਨਿੰਦਰਾ ਤੋਂ ਆਜ਼ਾਦ ਹੋ ਜਾਂਦੇ। ਨੀਂਦ ਨਾ ਆਵੇ ਤਾਂ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਪਰ ਸਤਸੰਗਤ ਜੀ, ਉਹਨਾਂ ਨੂੰ ਨਿੰਦਰਾ ਨਹੀਂ ਤੰਗ ਕਰਦੀ, ਭੁੱਖ ਨਹੀਂ ਤੰਗ ਕਰਦੀ, ਤੇ ਨਹੀਂ ਸਤਾਉਂਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਸੰਗੀਨ ਥਾਂ 'ਤੇ ਸਤਿਗੁਰਾਂ ਜੀ ਨੇ ਖਲੋ ਕਰਕੇ ਵੈਰਾਗਮਈ ਬਾਣੀ ਜਿਹੜੇ ਭੋਗਦੇ ਸ਼ਲੋਕ ਨੇ, ਇਹ ਦਿੱਲੀ ਦੇ ਕਾਰਾਗ੍ਰਹਿ ਵਿੱਚ ਹਜ਼ੂਰ ਨੇ ਉਚਾਰਨ ਕੀਤੇ ਹੈ। ਸਮਕਸ਼ ਸ਼ਹਾਦਤ ਨਹੀਂ ਕਹਿ ਸਕਾਂਗਾ। ਗੁਰਮੁਖਾਂ ਦਾ ਹੁਕਮ ਸੀ ਕਿ ਸਤਿਗੁਰੂ ਜੀ ਨੇ ਜਿਹੜੀ ਆਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਜੀ ਹੈ, ਉਹਦਾ ਜ਼ਿਕਰ ਜ਼ਰੂਰ ਕਰਿਓ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਪਿੰਜਰੇ ਵਿੱਚ ਕੈਦ ਸਨ, ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿੱਖ ਮਹਾਰਾਜ ਜੀ ਦਾ ਪਤਾ ਲੈਣ ਵਾਸਤੇ ਆਇਆ ਸੀ, ਕਿਉਂਕਿ ਹਜ਼ੂਰ ਦੀ ਸ਼ਹਾਦਤ ਸਾਰੀ ਸੁਪਨੇ ਵਿੱਚ ਮਾਤਾ ਗੁਜਰ ਕੌਰ ਜੀ ਨੇ ਵੇਖ ਲਈ ਸੀ। ਅਤੇ ਸਿੱਖ ਨੂੰ ਇਹ ਆਗਿਆ ਦੇ ਕੇ ਭੇਜਿਆ ਸੀ ਕਿ ਜਾਓ, ਫਿਕਰ ਕੀਤਾ ਸੀ ਮਨ ਵਿੱਚ ਕਿ ਗੁਰੂ ਸਾਹਿਬ ਦਾ ਪਤਾ ਲੈ ਕੇ ਆਓ, ਅਸੀਂ ਇਹੋ ਜਿਹਾ ਸੁਪਨੇ ਵਿੱਚ ਸਭ ਕੁਝ ਵੇਖਿਆ ਹੈ। ਅਤੇ ਜਦੋਂ ਸਿੱਖ ਦਿੱਲੀ ਆਇਆ, ਹਜ਼ੂਰ ਨੂੰ ਪਿੰਜਰੇ ਵਿੱਚ ਖਲੋਤਿਆਂ ਜਦੋਂ ਵੇਖਿਆ ਤਾਂ ਬਹੁਤ ਬਰਾਗ ਆਇਆ ਸਿੱਖ ਨੂੰ, ਬੜਾ ਦੁਖੀ ਹੋਇਆ ਚਿੱਤ। ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮੈਂ ਕੀ ਸੁਨੇਹਾ ਲੈ ਕੇ ਹੁਣ ਅਨੰਦਪੁਰ ਸਾਹਿਬ ਜਾਵਾਂ, ਆਪ ਜੀ ਦੇ ਬਿਰਧ ਮਾਤਾ ਜੀ ਨੂੰ ਕੀ ਆਖਾਂ, ਸੱਚੇ ਪਾਤਸ਼ਾਹ ਸ਼੍ਰੀ ਮਾਤਾ ਗੁਜਰ ਕੌਰ ਜੀ ਨੂੰ ਕੀ ਆਖਾਂ। ਅਤੇ ਸਤਿਗੁਰੂ ਜੀ ਨੇ ਤਿਸ ਸਮੇਂ ਆਪਣੇ ਬਿਰਧ ਮਾਤਾ ਮਾਤਾ ਨਾਨਕੀ ਜੀ ਦੇ ਨਾਮ 'ਤੇ ਹਜ਼ੂਰ ਨੇ ਇਹ ਪੱਤਰ ਲਿਖਿਆ, ਜੋ ਉਪਜਿਓ ਸੋ ਬਿਨ ਸਹਿ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਹਜ਼ੂਰ ਨੇ ਆਪਣੇ ਮਾਤਾ ਜੀ ਨੂੰ ਇਹ ਸਿੱਖਿਆ ਦਿੱਤੀ ਕਿ ਮਾਤਾ ਜੀ, ਜਿਹੜਾ ਇਹ ਸੰਸਾਰ ਹੈ, ਜਿਹੜਾ ਉਪਜਿਆ ਹੈ, ਉਹਨੇ ਇੱਕ ਦਿਨ ਬਿਨਸ ਜਾਣਾ। ਸਾਰੇ ਸੰਸਾਰ ਦੇ ਜੰਜਾਲ ਛੱਡ ਕਰਕੇ ਵਾਹਿਗੁਰੂ ਦੇ ਭਜਨ ਨੂੰ ਆਪਣੇ ਚਿੱਤ ਵਿੱਚ ਸੰਭਾਲੋ, ਪਰਮੇਸ਼ਰ ਦੇ ਨਾਮ ਨੂੰ ਜਪੋ। ਸ਼੍ਰੀ ਮਾਤਾ ਗੁਜਰੀ ਜੀ ਦੇ ਨਾਮ 'ਤੇ ਹਜ਼ੂਰ ਨੇ ਲਿਖਿਆ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਹਜ਼ੂਰ ਨੇ ਦੱਸ ਦਿੱਤਾ, ਤੁਸੀਂ ਚਿੰਤਾ ਕਰਦੇ ਹੋ ਆਪਣੇ ਚਿੱਤ ਵਿੱਚ ਸਾਡੀ ਸ਼ਹਾਦਤ ਦੀ, ਚਿੰਤਾ ਤਾਂ ਕਰੀਏ ਜਿਹੜੀ ਗੱਲ ਨਾ ਹੋਣੀ ਹੋਵੇ। ਸਰੀਰ ਤਾਂ ਨਾਸ਼ਵੰਤ ਹੈ, ਇਹ ਤਾਂ ਇੱਕ ਦਿਨ ਚਲੇ ਹੀ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਹਾ, ਅਸੀਂ ਆਪਣੇ ਸਰੀਰ ਦਾ ਠੀਕਰਾ ਇਸ ਜ਼ਾਲਮ ਦੇ ਸਿਰ 'ਤੇ ਭੰਨ ਕੇ ਆਪਣਾ ਸ਼ਹਾਦਤ ਦੇਣੀ ਹੈ। ਮਹਾਰਾਜ ਕਹਿੰਦੇ ਨੇ ਕਿ ਉਸ ਗੱਲ ਦੀ ਚਿੰਤਾ ਕਰੋ ਜਿਹੜੀ ਨਹੀਂ ਹੋਣੀ, ਜਿਹੜੀ ਹੋ ਜਾਣੀ ਉਹਦੀ ਕਾਹਦੀ ਚਿੰਤਾ ਹੈ। ਚਿੰਤਾ ਤਾਂ ਕੀ ਕੀਤੀ ਜੋ ਅਨਹੋਣੀ ਹੋਵੇ, ਇਹੋ ਮਾਰਗ ਸੰਸਾਰਕ, ਇਹ ਸੰਸਾਰ ਦਾ ਜਿਹੜਾ ਮਾਰਗ ਵੈ, ਰਸਤਾ ਵੈ,
ਨਾਨਕ ਥਿਰ ਨਹੀਂ ਕੋਏ। ਇਸ ਰਸਤੇ ਤੇ ਕੋਈ ਸਰੀਰ ਕਰਕੇ ਥਿਰ ਨਹੀਂ ਰਹਿ ਸਕਿਆ। ਹਜ਼ੂਰ ਨੇ ਆਪਣੀ ਬਾਣੀ ਵਿੱਚ ਕਿਹਾ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਐਸੀ ਬਰਾਗਮਈ ਬਾਣੀ ਹੈ ਸੱਚੇ ਪਾਤਸ਼ਾਹ ਜੀ ਦੀ। ਜਾਣੋ ਕਿ ਬਰਾਗ ਦਾ ਜਨਮ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਹੋਇਆ ਹੋ। ਕਠੋਰ ਤੋਂ ਕਠੋਰ ਮਨ ਨੂੰ ਪਿਘਲਾ ਦੇਣ ਦੀ ਸ਼ਕਤੀ ਰੱਖਦੀ ਹੈ ਸੱਚੇ ਪਾਤਸ਼ਾਹ ਜੀ ਦੀ ਬਾਣੀ। ਜਿਸ ਕਦੇ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕੀਤਾ, ਮਨ ਬੜਾ ਸਾਧ ਸੰਗਤ ਜੀ ਵਕਾਰੀ ਹੋਵੇ, ਮਨ ਬੜਾ ਕਠੋਰ ਹੋਵੇ, ਉਹ ਵੀ ਜੇ ਸਤਿਗੁਰੂ ਦੀ ਬਾਣੀ ਚਿੱਤ ਲਾ ਕੇ ਸੁਣੇ ਜਾਂ ਪੜ੍ਹੇ ਤੇ ਉਸ ਦੇ ਚਿੱਤ ਉੱਤੇ ਵੀ ਮਹਾਰਾਜ ਦੀ ਬਾਣੀ ਅਸਰ ਕਰਦੀ ਹੈ। ਇਹੋ ਜੀ ਬਰਾਗਮਈ ਬਾਣੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਮ ਤੇ ਸਲੋਕ ਲਿਖਿਆ ਸੀ ਕਿ ਬਲ ਛੁੱਟ ਗਇਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਆਪ ਓਟ ਹਰ, ਗਜ ਜਿਉ ਹੋ ਸਹਾਇ। ਇਸ ਸਲੋਕ ਵਿੱਚ ਮਹਾਰਾਜ ਨੇ ਪਰਖ ਕੀਤੀ। ਇਹ ਸਲੋਕ ਆਪਣੇ ਆਪ ਵਿੱਚ ਪ੍ਰਸ਼ਨ ਹੈ ਤੇ ਗੁਰੂ ਸਾਹਿਬ ਨੇ ਆਖਿਆ ਸੀ ਸਾਡੇ ਸਾਹਿਬਜ਼ਾਦੇ ਤੋਂ ਇਹਦਾ ਉੱਤਰ ਲੈ ਕੇ ਆਉਣਾ। ਜਦੋਂ ਸਿੱਖ ਆਇਆ ਅਨੰਦਪੁਰ ਸਾਹਿਬ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਸ਼ਲੋਕ ਭੇਟ ਕੀਤੇ। ਹਜ਼ੂਰ ਨੇ ਜਦੋਂ ਇਹ ਸ਼ਲੋਕ ਪੜ੍ਹਿਆ, ਮਹਾਰਾਜ ਨੇ ਕਿਹਾ, ਸਿੱਖਾ ਪਿਤਾ ਗੁਰੂ ਜੀ ਨੇ ਕੋਈ ਆਗਿਆ ਕੀਤੀ ਸੀ? ਹਾਂ ਮਹਾਰਾਜ, ਆਖਿਆ ਸੀ ਕਿ ਇਸਦਾ ਉੱਤਰ ਲੈ ਕੇ ਆਉਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਲੋਕ ਨੂੰ ਪੜ੍ਹਿਆ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਸਾਡਾ ਬਲ ਸਾਰਾ ਛੁਟਕ ਗਿਆ, ਬਲ ਛੁਟਕਿਓ ਬੰਧਨ ਪਰੇ, ਅਸੀਂ ਨੁਰੰਗੇ ਦੀ ਕੈਦ ਵਿੱਚ ਪੈ ਗਏ ਹਾਂ, ਕਛੂ ਨਾ ਹੋ ਤਾਂ ਉਪਾਅ, ਹੁਣ ਕੋਈ ਉਪਾਅ ਨਹੀਂ ਸਾਡੇ ਬਚਣ ਦਾ, ਕਹੋ ਨਾਨਕ ਆਪ ਓਟ ਹਰ। ਮਹਾਰਾਜ ਕਹਿੰਦੇ ਹੁਣ ਹਰੀ ਦੀ ਓਟ ਹੈ। ਗਜ ਜਿਉਂ ਹੋ ਸਹਾਇ, ਗਜ ਹਾਥੀ ਨੂੰ ਕਹਿੰਦੇ। ਇੱਥੇ 2 ਮਿੰਟ ਲੱਗਦੇ ਸਮਝਾਉਣ ਲਈ। ਜੇ ਸਿੱਖ ਰੋਜ਼ ਬਾਣੀ ਪੜ੍ਹਨ, ਤਾਤਪਰਜ ਨੂੰ ਸਮਝਣ, ਤਾਂ ਫਿਰ ਤਾਂ ਬਹੁਤਾ ਸਮਾਂ ਨਹੀਂ ਲੱਗਦਾ, ਕਿਉਂਕਿ ਰੋਜ਼ ਰੋਜ਼ ਸੰਗਤ ਕਰਨ ਨਾਲ ਉਹ ਜਗਿਆਸੂ ਬਹੁਤ ਸਾਧ ਸੰਗਤ ਜੀ ਕੀ ਹੈ ਕਿ ਗਿਆਨ ਵਾਲੇ ਹੋ ਜਾਂਦੇ। ਗਜ ਹਾਥੀ ਨੂੰ ਕਹਿੰਦੇ ਹੈ, ਇਹ ਹਰੀਹਰ ਖੇਤਰ ਦੀ ਸਾਖੀ ਹੈ। ਸਾਖੀ ਬਹੁਤ ਲੰਮੀ ਹੈ, ਮੈਂ ਉਹ ਨਹੀਂ ਸੁਣਾਵਾਂਗਾ ਸਾਰੀ। ਪਿਛਲੇ ਜਨਮ ਵਿੱਚ ਇਹ ਦੋਵੇਂ ਭਰਾ ਸੀਗੇ, ਤੰਦੂਆ ਅਤੇ ਹਾਥੀ, ਸਰਾਪ ਕਰਕੇ ਇੱਕ ਦੂਸਰੇ ਨੂੰ, ਕਿਉਂਕਿ ਇਹਨਾਂ ਦੀ ਵਾਕ ਸ਼ਕਤੀ ਸੀਗੀ ਇਹਨਾਂ ਵਿੱਚ, ਇੱਕ ਨੇ ਸਰਾਪ ਦਿੱਤਾ ਕਿ ਤੂੰ ਤੰਦੂਆ ਬਣ, ਦੂਜਾ ਕਹਿੰਦਾ ਤੂੰ ਹਾਥੀ ਬਣ। ਅਤੇ ਉਹ ਪਿਛਲਾ ਸਰਾਪ ਹੋਣ ਕਰਕੇ ਜਦੋਂ ਹਾਥੀ ਉੱਥੇ ਹਰੀਹਰ ਖੇਤਰ ਦੇ ਉੱਤੇ ਪਾਣੀ ਪੀਣ ਵਾਸਤੇ, ਨਹਾਉਣ ਵਾਸਤੇ ਗਿਆ ਨਾ, ਅਤੇ ਤੰਦੂਏ ਨੇ ਉਸਦੀ ਲੱਤਾਂ ਨੂੰ ਤੇ ਸਮੇਂ ਜਿਹੜਾ ਸੀ ਆਪਣੀਆਂ ਤਾਰਾਂ ਪਾ ਲਈਆਂ ਅਤੇ ਡਬੋ ਕੇ ਮਾਰਨ ਲੱਗਾ, ਖਿੱਚ ਲਿਆ ਉਸਨੇ ਪਾਣੀ ਵਿੱਚ। ਫਿਰ ਲਾਗੇ ਇੱਕ ਕਮਲ ਫੁੱਲ ਸੀ, ਉਹਨੂੰ ਤੋੜ ਕੇ ਹਾਥੀ ਨੇ ਆਪਣੀ ਸੁਣ ਨਾਲ ਸਿੱਧਾ ਕੀਤਾ ਅਤੇ ਪਰਮੇਸ਼ਰ ਨੂੰ ਆਰਾਧਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਬਹੁਤ ਥਾਵੇਂ ਇਸ ਸਾਖੀ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਨੇ ਕਿ ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤੇ ਹਦੀਨਾ। ਕਿਹੜਾ ਧਰਮ ਕਮਾਇਆ ਸੀ ਉਸ ਹਾਥੀ ਨੇ? ਕਮਲ ਦਾ ਫੁੱਲ ਤੋੜ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਬਾਣੀ ਵਿੱਚ ਇਹਦਾ ਜ਼ਿਕਰ ਕਰਦੇ ਹੈ ਕਿ ਜਦੋਂ ਹਾਥੀ ਨੇ ਸੁਣ ਵਿੱਚ ਫੁੱਲ ਨੂੰ ਉੱਪਰ ਚੱਕਿਆ, ਪਰਮੇਸ਼ੁਰ ਨੂੰ ਆਰਾਧਿਆ, ਉਸੇ ਸਮੇਂ ਸਤ ਸੰਗਤ ਜੀ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ, ਸਤਿਗੁਰੂ ਜੀ ਦੀ ਬਾਣੀ ਕਹਿੰਦੀ।
ਉਸ ਸਮੇਂ ਆਪਣਾ ਸੁਦਰਸ਼ਨ ਚੱਕਰ ਛੱਡ ਕੇ ਤਲੂਏ ਦੀਆਂ ਤਾਰਾਂ ਕੱਟ ਦਿੱਤੀਆਂ। ਮਹਾਰਾਜ ਨੇ ਉਹ ਹਵਾਲਾ ਦੇ ਕਰਕੇ ਕਿਹਾ, ਗੱਜ ਜਿਉਂ ਹੋਵੋ ਸਹਾਏ, ਜਿਵੇਂ ਵਾਹਿਗੁਰੂ ਨੇ ਆਪਣੇ ਪਰਮੇਸ਼ਰ ਨੇ ਚੱਕਰ ਨੂੰ ਚਲਾ ਕਰਕੇ ਤਲੂਏ ਦੀਆਂ ਤਾਰਾਂ ਕੱਟੀਆਂ ਸੀ, ਉਵੇਂ ਹੀ ਹੁਣ ਵਾਹਿਗੁਰੂ ਸਾਡੀ ਸਹਾਇਤਾ ਕਰੇ ਤਾਂ ਹੋ ਸਕਦੀ ਹੈ। ਇਹ ਮਹਾਰਾਜ ਨੇ ਪ੍ਰਸ਼ਨ ਦੇ ਰੂਪ ਵਿੱਚ, ਕਿਉਂਕਿ ਪਹਿਲੇ ਸਤਿਗੁਰੂ ਜੀ ਪਰਖ ਕਰਕੇ ਗੁਰਿਆਈ ਬਖਸ਼ਿਸ਼ ਕਰਦੇ, ਅਤੇ ਫਿਰ ਇਹ ਮਰਿਆਦਾ ਗੁਰੂ ਤੇਗ ਬਹਾਦਰ ਸਾਹਿਬ ਵੇਖੋ ਨਿਭਾ ਰਹੇ ਹੈ, ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਲਮ ਉਠਾਈ ਹੈ। ਸਤਿਗੁਰੂ ਜੀ ਕਹਿੰਦੇ ਨੇ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ ਨਾਨਕ, ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਰ ਸਹਾਰ। ਪਿਤਾ ਸਤਿਗੁਰੂ ਜੀ ਨੂੰ ਆਖਿਆ, ਮਹਾਰਾਜ ਤੁਹਾਡੀ ਸ਼ਹਾਦਤ ਕਰਕੇ ਹਿੰਦੁਸਤਾਨ ਨਿਮਾਣਿਆਂ ਦੇ ਅੰਦਰ ਮਹਾਰਾਜ ਬਲ ਆ ਗਿਆ ਹੈ, ਇਹਨਾਂ ਦੇ ਮਹਾਰਾਜ ਸਾਰੇ ਬੰਧਨ ਤੋੜ ਦਿੱਤੇ ਸਤਿਗੁਰੂ ਆਪ ਜੀ ਨੇ, ਨਹੀਂ ਤਾਂ ਕਿੱਥੇ ਗੁਲਾਮੀ ਦੀਆਂ ਜੰਜੀਰਾਂ ਤੋੜ ਨਹੀਂ ਸੀ ਕਿਸੇ ਨੇ ਸਕਣੀਆਂ। ਇਸ ਰਿਆਇਆ ਨੇ, ਇਸ ਭਾਰਤ ਵਰਸ਼ ਨੇ ਗੁਲਾਮੀ ਦੇ ਸਾਧ ਸੰਗਤ ਜੀ ਰਸਾਤਲ ਵਿੱਚ ਜਾ ਡਿੱਗਣਾ ਸੀ, ਇੱਥੇ ਚਾਰ ਫੇਰੇ ਫਿਰ ਅੱਲਾਹੁ ਅਕਬਰ ਦੇ ਨਾਰੇ ਵੱਜਣੇ ਸੀ, ਇੱਥੇ ਫਿਰ ਕਿਸੇ ਨੇ ਕੋਈ ਸ਼ਿਵ ਦੁਆਲਿਆਂ ਦੇ ਅੰਦਰ ਪੂਜਾ ਨਹੀਂ ਸੀ ਕਰ ਸਕਣੀ। ਮਹਾਰਾਜ ਕਹਿੰਦੇ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋ ਤਾਂ ਉਪਾਏ, ਮਹਾਰਾਜ ਸਾਰਾ ਉਪਾਅ ਤੁਹਾਡੇ ਹੱਥੋਂ ਹੋਣਾ, ਤੁਸੀਂ ਆਪ ਕਿਰਪਾ ਕਰਨੀ ਹੈ, ਨਾਨਕ ਸਭ ਕੁਛ ਤੁਮਰੇ ਹਾਥ ਮੈਂ। ਇਹ ਗੁਰੂ ਤੇਗ ਬਹਾਦਰ ਸਾਹਿਬ, ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਆਪ ਮਹਾਰਾਜ ਸਗੋਂ ਸਾਡੀ ਸਹਾਇਤਾ ਕਰੋ, ਸਾਡੀ ਰੱਖਿਆ ਕਰੋ। ਜਦੋਂ ਇਹ ਸ਼ਲੋਕ ਲੈ ਕੇ ਸਿੱਖ ਫਿਰ ਦਿੱਲੀ ਆਇਆ ਸੀ, ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਲ ਸੁਣ ਕੇ ਕਈਆਂ ਨੂੰ ਸ਼ੰਕੇ ਪੈਦਾ ਹੋਣਗੇ ਕਿ ਕੈਦ ਵਿੱਚ ਮਹਾਰਾਜ ਨੂੰ ਸਿੱਖ ਕਿਵੇਂ ਮਿਲਦੇ ਰਹੇ ਹੈ, ਉਹਦਾ ਸਾਧ ਸੰਗਤ ਜੀ ਬਹੁਤ ਭੇਦ ਹੈ, ਸਾਰਾ ਕੁਛ ਇਤਿਹਾਸ ਵਿੱਚ ਦੱਸਿਆ ਹੋਇਆ ਹੈ ਕਿ ਕਿਵੇਂ ਕਿਵੇਂ ਕਿਹੜੇ ਕਿਹੜੇ ਸਿੱਖ ਦੀ ਕਿਵੇਂ ਕਿਵੇਂ ਮੁਲਾਕਾਤ ਹੁੰਦੀ ਰਹੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਦ ਵਿੱਚ ਕਿਹੜੇ ਕਿਹੜੇ ਸਿੱਖ ਦੀ ਭਾਵਨਾ ਵੇਖ ਕੇ ਉਹਦੇ ਘਰੇ ਪ੍ਰਸ਼ਾਦਾ ਵੀ ਛਕਣ ਗਏ ਹੈ, ਜਮਨਾ ਵਿੱਚ ਇਸ਼ਨਾਨ ਵੀ ਕਰਦੇ ਰਹੇ ਹੈ ਸੱਚੇ ਪਾਤਸ਼ਾਹ ਜੀ। ਰੌਲਾ ਪੈ ਗਿਆ ਸੀ ਤਾਂ ਸਮਾਂ ਨਹੀਂ ਹੋਣਾ, ਕਿਉਂਕਿ ਸਮਾਂ ਤਾਂ ਮੈਂ ਸਮਾਪਤ ਹੋ ਗਿਆ, ਅਤੇ ਫਿਰ ਸ਼ਬਦ ਦੀ ਕਥਾ ਮੈਂ ਜ਼ਰੂਰ ਹਾਜ਼ਰੀ ਭਰੂੰਗਾ। ਆਪ ਜੀ ਅਕਾਗਰ ਹੋਣ, ਸਿੰਘਾਂ ਨੇ ਕਿਹਾ ਸੀ 10 ਮਿੰਟ ਹੋਰ ਲਾ ਦਿਓ, ਅਤੇ ਪਰ 10-15 ਮਿੰਟਾਂ 'ਚ ਮੈਂ ਸਮਾਪਤੀ ਕਰ ਦੇਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਜਦੋਂ ਸਿੱਖ ਨੇ ਆ ਕਰਕੇ ਇਹ ਪੱਤਰ ਦਿੱਤਾ ਸੀ, ਜਿਹਦੇ ਹੱਥ ਲਿਖਤ ਸਰੂਪ ਹਨ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਉਹਨਾਂ ਸਰੂਪਾਂ ਵਿੱਚ ਸਾਧ ਸੰਗਤ ਜੀ ਜਦੋਂ ਇਹ ਸ਼ਲੋਕ ਆਉਂਦਾ, ਪਾਤਸ਼ਾਹੀ 10ਵੀਂ ਆਉਂਦਾ, ਫਿਰ ਐਸੇ ਸਰੂਪ ਨੇ ਜਿਨ੍ਹਾਂ ਉੱਤੇ ਮਹੱਲਾ 10ਵਾਂ ਵੀ ਲਿਖਿਆ ਆਉਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਉੱਤਰ ਪੜ੍ਹਿਆ, ਅਤੇ ਹਜ਼ੂਰ ਨੇ ਤਿਸ ਸਮੇਂ 5 ਪੈਸੇ ਨਾਰੀਅਲ ਮੰਗਾ ਕੇ ਆਖਿਆ ਸੀ ਕਿ ਸਾਡੇ ਸਾਹਿਬਜ਼ਾਦੇ ਨੂੰ ਗੁਰਤਾ ਦਾ ਤਿਲਕ ਦੇ ਦੇਣਾ, ਮਹਾਰਾਜ ਆਪ ਸ਼ਹਾਦਤ ਦੀ ਤਿਆਰੀ ਕਰ ਲਈ। ਅਤੇ ਭਾਈ ਉਹਦਾ ਰਠੌਰ ਜਦੋਂ ਦੀਵਾਨ ਸਾਹਿਬ ਸ਼ਹੀਦ ਹੋਏ ਅੱਖਾਂ ਦੇ ਸਾਹਮਣੇ, ਮਤੀ ਦਾਸ ਜੀ, ਭਾਈ ਦਿਆਲਾ ਜੀ ਉੱਬਲ ਦੀ ਦੇਗ ਵਿੱਚ ਸ਼ਹੀਦ ਹੋਏ, ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਰੂਹ ਲਪੇਟ ਕੇ ਸਾੜਿਆ ਗਿਆ, ਉਹਦਾ ਰਠੌਰ ਨੇ ਕਿਹਾ, ਮਹਾਰਾਜ ਬੜੀ ਬਿਪਤਾ ਬਣੀ ਹੈ, ਆਗਿਆ ਦੇ ਦਿਓ। ਜਦੋਂ ਸਤਿਗੁਰੂ ਜੀ ਕੋਲੋਂ ਉਹਦਾ ਰਠੌਰ ਨੇ ਆਗਿਆ ਮੰਗੀ, ਹਜ਼ੂਰ ਨੇ ਕਿਹਾ, ਸੰਗ ਸਖਾ ਸਭ ਤਜ ਗਏ, ਕਹੋ ਨਨ ਬਿਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਹਜ਼ੂਰ ਨੇ ਅਗਲਾ ਸ਼ਬਦ ਕਿਹਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਵੰਤ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਹੈ, ਅਤੇ ਸਤਿ ਸੰਗਤ ਜੀ, ਸਤਿਗੁਰੂ ਜੀ ਨੇ ਇਹ ਸ਼ਲੋਕ ਸਿੱਖ ਨੂੰ ਭੇਟ ਕਰਕੇ
ਨਾਲ ਗੁਰਿਆਈ ਸਤਿਗੁਰਾਂ ਜੀ ਨੇ ਬਖਸ਼ਿਸ਼ ਕਰਕੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੋਰਿਆ। ਜਿਵੇਂ ਜਿਵੇਂ ਭਾਈ ਜੈਤੇ ਦੀ ਮੁਲਾਕਾਤ ਹੋਣੀ, ਅਬਦੁਲ ਖਾਨ ਦਰੋਗੇ ਨੇ ਸਤਿਗੁਰੂ ਦਾ ਸਿੱਖ ਬਣ ਜਾਣਾ, ਸਤਿਗੁਰੂ ਜੀ ਨੇ ਜਿਵੇਂ ਫਿਰ ਦਿੱਲੀ ਦੇ ਉਸ ਚਾਂਦਨੀ ਚੌਂਕ ਦੇ ਅੰਦਰ ਆਪਦੇ ਸ਼ੀਸ਼ ਦਾ ਬਲੀਦਾਨ ਦੇਣਾ, ਇਹ ਬੜੀ ਅਦੁੱਤੀ ਗਾਥਾ ਹੈ। ਅਤੇ ਸਾਧ ਸੰਗਤ ਜੀ, ਕਈਆਂ ਦਿਨਾਂ ਦੇ ਵਿੱਚ ਇਹ ਪ੍ਰਸੰਗ ਸਮਾਪਤ ਹੁੰਦਾ, ਮੈਂ ਕੇਵਲ ਇੱਕ ਘੰਟੇ ਵਿੱਚ ਹੀ ਇੰਨਾ ਕੁ ਕੁਛ ਕਿਹਾ ਹੈ। ਤੋ ਆਪ ਸਤਿਗੁਰੂ ਜੀ ਦੀ ਸ਼ਹਾਦਤ ਦਾ ਇਤਿਹਾਸ ਕਥਾ ਵਿੱਚ ਜ਼ਰੂਰ ਸੁਣਿਆ ਕਰੋ। ਫਿਲਮਾਂ ਦੇ ਵਿੱਚ ਜੋ ਕੁਝ ਅਸੀਂ ਵੇਖਦੇ ਹਾਂ ਜਾਂ ਨੈੱਟ ਦੇ ਉੱਤੇ ਪਿਆ ਹੋਇਆ ਜੋ ਕੁਝ ਪੜ੍ਹਦੇ ਹਾਂ ਉਹ ਸਹੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਆਪਣੇ ਇਤਿਹਾਸ ਵਿੱਚੋਂ, ਸਤਿਗੁਰੂ ਜੀ ਦੀ ਗੁਰਬਾਣੀ ਦੇ ਉਪਦੇਸ਼ ਵਿੱਚੋਂ, ਸਤਿਗੁਰੂ ਜੀ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ, ਜਦੋਂ ਉਹਨਾਂ ਸਿੱਖਿਆਵਾਂ ਨੂੰ ਸੁਣੋਗੇ ਕਮਾਓਗੇ ਫਿਰ ਮਹਾਰਾਜ ਜੀ ਦੇ ਸਰੂਪ ਦਾ ਆਪ ਜੀ ਸਪਰਸ਼ ਪਾ ਸਕੋਗੇ। ਤੋ ਸਤਿਗੁਰੂ ਜੀ ਨੇ ਜੋ ਸਾਨੂੰ ਆਸਾ ਰਾਗ ਵਿੱਚ ਸਿੱਖਿਆ ਦਿੱਤੀ ਹੈ ਪਿਆਰ ਨਾਲ ਸਰਵਣ ਕਰੀਏ। ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ 'ਤੇ ਕਥਾ ਹੋਵੇਗੀ। ਗੁਰਮੁਖਾਂ ਨੇ ਇਵੇਂ ਦੱਸੇ ਹੋਏ ਪ੍ਰੋਗਰਾਮ ਮੁਤਾਬਕ ਜਿਵੇਂ ਕਿਹਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਲ੍ਹ ਨੂੰ ਮਹਾਰਾਜ ਜੀ ਦੇ ਦਸਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਉਤਸ਼ਾਹ ਵਿੱਚ ਕਥਾ ਹੋਵੇਗੀ। ਆਪ ਨੇ ਪਿਆਰ ਸ਼ਬਦਾਂ ਨਾਲ ਸਰਵਣ ਕਰਨਾ ਅਤੇ ਗੁਰਮੁਖਾਂ ਮੈਨੂੰ ਚੇਤੇ ਕਰਾਇਆ ਸੀ ਕੱਲ੍ਹ ਨੂੰ ਸ਼ਾਇਦ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਸਵੇਰ ਦੀ ਕਥਾ ਹੈ ਅਤੇ ਪਰਸੋਂ ਸਵੇਰ ਦੀ ਕਥਾ ਬੰਗਲਾ ਸਾਹਿਬ ਹੈ ਅਤੇ ਸ਼ਾਮ ਦੇ ਦੀਵਾਨ ਇੱਥੇ ਹੀ ਹਨ ਗੁਰਦੁਆਰੇ ਸਾਹਿਬ ਵਿਖੇ ਕੱਲ੍ਹ ਦੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾਰ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਸ਼ਬਦ ਦੇ ਨਾਲ ਜੁੜੀਏ, ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵਨ ਦੇ ਮੋਹ ਤੋਂ ਸਾਨੂੰ ਕਿਵੇਂ ਗਰੀਬ ਨਵਾਜ਼ ਆਜ਼ਾਦ ਕਰਦੇ ਹੈ, ਹਜ਼ੂਰ ਦੀ ਬਾਣੀ ਕਿਵੇਂ ਸਾਨੂੰ ਛਡਾਉਂਦੀ ਹੈ। ਪਿਆਰ ਸ਼ਰਧਾ ਨਾਲ ਸਰਵਣ ਕਰੀਏ ਮਹਾਰਾਜ ਜੀ ਦੇ ਚਰਨਾਂ ਦਾ, ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਜ਼ੂਰ ਬੀਜ ਮੰਤਰ ਉਚਾਰ ਕੇ ਸ਼ਬਦ ਲਿਖਦੇ ਹੈ, ਅਦੁੱਤੀ ਪਰਮੇਸ਼ਰ ਇੱਕ ਹੈ, ਓਅੰਕਾਰ ਸਰਵ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ, ਇਹ ਬੀਜ ਮੰਤਰ ਹੈ। ਸਤ ਸੰਗਤ ਜੀ, ਸੌਖੇ ਅਰਥ ਇਹਦੇ ਕਿ ਵਾਹਿਗੁਰੂ ਜੀ ਜੋ ਹਨ ਪਰਮੇਸ਼ਰ, ਉਹ ਮਹਾਰਾਜ ਜੀ ਨੇ ਗਣਿਤ ਦਾ ਏਕਾ ਲਾ ਕਰਕੇ ਦੱਸਿਆ ਕਿ ਪਰਮੇਸ਼ਰ ਵਰਗਾ ਦੂਜਾ ਕੋਈ ਨਹੀਂ ਹੈ, ਇੱਕ ਹੈ ਉਹ। ਇਹ ਗਣਿਤ ਦਾ ਏਕਾ ਲਾਇਆ ਮਹਾਰਾਜ ਨੇ, ਸ਼ਬਦਾਂ ਵਿੱਚ ਇੱਕ ਨਹੀਂ ਲਿਖਿਆ, ਅਤੇ ਉਹ ਸਦਾ ਰਹਿਣ ਵਾਲਾ ਹੈ, ਪਰ ਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਉਹਦਾ ਸਰੂਪ ਪ੍ਰਾਪਤ ਹੁੰਦਾ। ਉਹਦਾ ਪ੍ਰਕਾਸ਼ ਗੁਰੂ ਸਾਹਿਬ ਦੀ ਮਿਹਰ ਨਾਲ, ਗੁਰੂ ਜੀ ਦੀ ਕਿਰਪਾ ਨਾਲ ਜਦੋਂ ਗੁਰੂ ਧਾਰਨ ਕਰੀਏ, ਸਿੱਖੀ ਕਮਾਈਏ, ਫਿਰ ਉਸ ਸਰੂਪ ਦਾ ਅੰਦਰ ਪ੍ਰਕਾਸ਼ ਪ੍ਰਾਪਤ ਹੁੰਦਾ ਜੋ ਓਅੰਕਾਰ ਸ਼ਬਦ ਰੂਪ ਹੈ, ਪ੍ਰਕਾਸ਼ ਰੂਪ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਰਾਗ ਆਸਾ ਮਹੱਲਾ ਨਾਵਾ। ਆਸਾ ਰਾਗ ਹੈ, ਮਹੱਲਾ ਕਹਿੰਦੇ ਇਸ ਰੂਪ ਨੂੰ। ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਬਿਰਥਾ ਕਹੋ ਕੌਣ ਸਿਉ ਮਨ ਕੀ। ਸਤ ਸੰਗਤ ਜੀ, ਜਿਹੜੀ ਬਿਰਥਾ ਪੀੜਾ ਹੁੰਦੀ ਹੈ ਨਾ, ਜਦੋਂ ਪੀੜਾ ਬਹੁਤ ਵੱਧ ਜਾਵੇ ਫਿਰ ਮਨ ਕਹਿੰਦਾ ਮੈਂ ਆਪਣੀ ਪੀੜ ਕਿਹਨੂੰ ਕਵਾਂ।
ਜੀਵ ਆਪਣੇ ਮਨ ਵਿੱਚ ਸੋਚਦਾ ਮੈਂ ਕਿਹਨੂੰ ਦੱਸਾਂ ਆਪਣਾ ਦੁੱਖ ਜਾ ਕਰਕੇ, ਜਿਹਨੂੰ ਕੋਈ ਰਸਤਾ ਨਹੀਂ ਪਤਾ ਲੱਗਦਾ, ਗੁਰੂ ਜੀ ਦੇ ਦੁਆਰੇ 'ਤੇ ਨਹੀਂ ਆਇਆ। ਜੇ ਆਇਆ ਵੀ ਹੈ ਤਾਂ ਉਹਨੂੰ ਦੁਆਰੇ 'ਤੇ ਸਤਿਗੁਰੂ ਜੀ ਦੀ ਸਿੱਖਿਆ ਨਾਲ ਪਿਆਰ ਨਹੀਂ ਲੱਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਿਹੜਾ ਮਨ ਭਟਕਿਆ ਹੋਇਆ ਹੈ, ਜਿਹਦਾ ਮਨ ਸ਼ਬਦ ਵਿੱਚ ਇਕਾਗਰਤਾ ਨਹੀਂ ਪਾ ਸਕਿਆ, ਕਾਮ ਵੀ ਸਤਾਉਂਦਾ, ਕ੍ਰੋਧ ਵੀ ਸਤਾਉਂਦਾ, ਹੰਕਾਰ ਵੀ ਐਡਾ ਬਲੀ ਹੈ ਕਿ ਇਹ ਨਹੀਂ ਟਲਦਾ, ਸੱਚੇ ਪਾਤਸ਼ਾਹ ਜੀ ਦੇ ਅੱਗੇ ਅਸੀਂ ਅਰਦਾਸ ਕਰੀਏ। ਇਹ ਮਹਾਰਾਜ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਹੈ। ਮਹਾਰਾਜ ਮੈਂ ਆਪਣੀ ਬਿਰਥਾ ਪੀੜਾ ਕਿਹਨੂੰ ਕਵਾਂ ਮਨ ਦੇ ਅੰਦਰ ਜਿਹੜੀ ਪੀੜਾ ਹੈ, ਕਿਉਂਕਿ ਮਨ ਦੀ ਗੱਲ ਜਿਹੜੀ ਹੈ ਹਰੇਕ ਨਾਲ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੀਆਂ ਮਨ ਦੀਆਂ ਗੱਲਾਂ ਜਿਹੜੀਆਂ ਪਤੀ ਆਪਣੀ ਪਤਨੀ ਨੂੰ ਵੀ ਨਹੀਂ ਜੇ ਦੱਸਦਾ, ਬਹੁਤ ਸਾਰੀਆਂ ਮਨ ਦੀਆਂ ਉਹ ਗੱਲਾਂ ਜਿਹੜੀਆਂ ਪਤਨੀ ਆਪਣੇ ਪਤੀ ਨਾਲ ਨਹੀਂ ਕਰਦੀ, ਕਿਉਂਕਿ ਇਹ ਮਨ ਦਾ ਭਾਵ ਜਿਹੜਾ ਨਾ, ਜੇ ਪਤਾ ਲੱਗ ਜਾਵੇ ਪਤੀ ਨੂੰ ਕਿ ਪਤਨੀ ਦੇ ਮਨ ਵਿੱਚ ਕੀ ਚੱਲਦਾ ਪਿਆ, ਰਿਸ਼ਤਾ ਟੁੱਟ ਸਕਦਾ। ਜੇ ਪਤਨੀ ਨੂੰ ਪਤਾ ਲੱਗ ਜਾਏ ਕਿ ਪਤੀ ਦੇ ਅੰਦਰ ਕੀ ਚੱਲ ਰਿਹਾ, ਫਿਰ ਰਿਸ਼ਤਾ ਨਹੀਂ ਰਹਿ ਸਕਦਾ। ਪਰ ਗੁਰੂ ਸਾਹਿਬ ਜੀ ਹੈ ਜਿਨ੍ਹਾਂ ਨੂੰ ਸਭ ਕੁਛ ਪਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਇਹ ਜੋਦੜੀ ਕਰੀਏ, ਮਹਾਰਾਜ ਬਿਰਥਾ ਕਹੋ ਕੌਣ ਸਿਓ ਮਨ ਕੀ, ਆਪਣੇ ਮਨ ਦੀ ਬਿਰਥਾ ਪੀੜਾ ਜਿਹੜਾ ਮਹਾਰਾਜ ਮੈਂ ਕਿਹਦੇ ਅੱਗੇ ਕਹਿਣਾ ਕਰਾਂ। ਲੋਭ ਗ੍ਰਸਿਓ ਦਸੋ ਦਿਸ ਧਾਵਤ, ਮੇਰਾ ਮਨ ਲੋਭ ਵਿੱਚ ਗ੍ਰਸਿਆ ਗਿਆ ਤੇ ਹਰ ਵੇਲੇ ਇਹੀ ਫੁਰਨੇ ਰਹਿੰਦੇ ਆ ਕਿ ਮਾਇਆ ਕਿਵੇਂ ਪ੍ਰਾਪਤ ਹੋਊਗੀ। ਅਸੀਂ ਰਿਸ਼ਤੇ ਤੱਕ ਵੀ ਤਾਂ ਹੀ ਨਿਭਾਉਂਦੇ ਹਾਂ ਜੇ ਉੱਥੋਂ ਲਾਭ ਕੋਈ ਹੋਵੇ, ਪਰ ਪੁਕਾਰ ਤਾਂ ਸੁਪਨੇ 'ਚ ਨਹੀਂ ਕਰਦੇ। ਪਰ ਪੁਕਾਰ ਹੁੰਦਾ ਜਿਹਦੇ ਵਿੱਚ ਆਪਣਾ ਕੋਈ ਪ੍ਰਯੋਜਨ ਨਾ ਹੋਵੇ। ਜੇ ਕਿਸੇ ਦੀ ਕੋਈ ਮਦਦ ਕਰਦੇ ਹਾਂ ਤਾਂ ਇਹ ਸੋਚ ਕੇ ਕਰਦੇ ਹਾਂ ਕਿ ਇਹ ਕੱਲ੍ਹ ਨੂੰ ਮੇਰੇ ਕੰਮ ਆਊਗਾ। ਇਹੋ ਜਿਹਾ ਵੇਖੋ ਸਾਡਾ ਦੇਸ਼ ਇੰਨਾ ਸੀ ਕਿ ਲੋੜਵੰਦਾਂ ਦੀ ਮਦਦ ਕਰਨ ਵਾਲੇ ਇੱਥੇ ਜੀਵ ਰਹਿੰਦੇ ਸੀ, ਗਰੀਬ ਦਾ ਭਲਾ ਕਰਦੇ ਸੀ। ਜੇ ਕੋਈ ਮੁਸੀਬਤ ਵਿੱਚ ਹੋਵੇ ਤਾਂ ਉਹਨੂੰ ਮੁਸੀਬਤ ਵਿੱਚੋਂ ਕੱਢਦੇ ਸੀ, ਉਹਦਾ ਦੁੱਖ ਨਿਵਰਤ ਕਰਦੇ ਸੀ। ਪਰ ਅੱਜ ਵੇਖੀਏ ਜੋ ਕੁਝ ਇਸ ਦੇਸ਼ ਦੀ ਹਾਲਤ ਹੋ ਗਈ ਹੈ, ਸਰ ਸੰਗਤ ਜੀ ਚੰਗੇ ਭਲੇ ਨੂੰ ਸਗੋਂ ਮੁਸੀਬਤ ਵਿੱਚ ਪਾਉਂਦੇ ਆ, ਧੋਖਾ ਦਿੰਦੇ ਆ, ਫਰੇਬ ਕਰਦੇ ਆ, ਬੇਈਮਾਨੀ ਕਰਦੇ। ਇਉਂ ਲੱਗਦਾ ਜਿਵੇਂ ਨੇਕੀ ਤਾਂ ਇੱਥੋਂ ਖੰਭ ਲਾ ਕੇ ਉੱਡ ਗਈ ਹੋਵੇ, ਇਹੋ ਜਿਹੀ ਹਾਲਤ ਹੋਵੇ। ਲਾਭ ਸੋਚਦੇ ਆ ਕਿੱਥੋਂ ਮਿਲੇ ਮਾਇਆ ਦਾ, ਅਤੇ ਜਦੋਂ ਮਨ ਦੇ ਅੰਦਰ ਸਤਸੰਗਤ ਜੀ ਇਹ ਭਾਵ ਪ੍ਰਗਟ ਹੁੰਦਾ ਨਾ, ਉਹ ਵੀ ਜਾਗ ਪੈਂਦਾ ਜਿਹਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਮਨ ਲੋਭ ਵਿੱਚ ਗ੍ਰਸਿਆ ਹੋਇਆ। ਜਿਹੜਾ ਗ੍ਰਸਿਆ ਹੋਇਆ ਉਹਨੂੰ ਤਾਂ ਪਤਾ ਹੀ ਨਹੀਂ, ਜਿਹਨੂੰ ਪਤਾ ਲੱਗ ਗਿਆ ਉਹ ਵੀ ਬੜਾ ਚੰਗਾ, ਫਿਰ ਹੀ ਅਰਦਾਸ ਕਰ ਸਕਦਾ। ਅਤੇ ਜਿਹਨੂੰ ਇਹ ਪਤਾ ਹੀ ਨਹੀਂ ਕਿ ਮੇਰਾ ਮਨ ਲੋਭੀ ਹੈ, ਉਹ ਕਿੱਥੋਂ ਅਰਦਾਸ ਕਰੇਗਾ, ਉਹਨੂੰ ਜਿੰਨੀ ਆਉਂਦੀ ਸਗੋਂ ਚੰਗਾ। ਮਾਇਆ ਦੀ ਪ੍ਰਾਪਤੀ ਵਾਸਤੇ ਬੜੇ ਦੁੱਖ ਸਹਿੰਦਾ ਹੈ, ਬੜੇ ਕਸ਼ਟ ਸਾਰਦਾ ਹੈ, ਹਜ਼ੂਰ ਦੱਸਣਗੇ। ਸਤਿਗੁਰੂ ਜੀ ਕਹਿੰਦੇ ਨੇ ਮਨ ਦੀ ਹਾਲਤ ਇਹ ਹੈ, ਆਪਣੇ ਮਨ ਵਿੱਚ ਝਾਤੀ ਮਾਰ ਕੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਮੈਂ ਆਪਦੇ ਮਨ ਦੀ ਪੀੜਾ ਕਿਹਨੂੰ ਆਖਾਂ, ਮੇਰੇ ਮਨ ਦੀ ਹਾਲਤ ਇਹੋ ਜਿਹੀ ਹੈ, ਦੱਸਿਆ ਹੋਇਆ ਹੈ ਅਤੇ ਦਸਾਂ ਹੀ ਦਿਸ਼ਾ ਵਿੱਚ ਧੌਂਦਾ ਹੈ। ਦਸ ਦਿਸ਼ਾਵਾਂ ਮੰਨੀਆਂ ਜਾਂਦੀਆਂ, ਚਾਰ ਮੁੱਖ ਦਿਸ਼ਾਵਾਂ ਹੁੰਦੀਆਂ, ਚਾਰ ਉਪ ਦਿਸ਼ਾਵਾਂ ਹੁੰਦੀਆਂ,
ਇੱਕ ਥੱਲੇ ਦੀ ਦਿਸ਼ਾ, ਇੱਕ ਉੱਪਰ ਦੀ ਦਿਸ਼ਾ ਹੈ। ਇਹ 10 ਦਿਸ਼ਾਵਾਂ ਨੇ ਅਤੇ 10 ਹੀ ਦਿਸ਼ਾ ਵਿੱਚ ਧੌਂਦਾ ਹੈ। ਕਿਤੇ ਚਲੇ ਜਾਵੇ, ਵਪਾਰ ਕਰਦਾ, ਕੋਈ ਟੋਕਰੀ ਵਾਹੁੰਦਾ, ਕੋਈ ਨੌਕਰੀ ਕਰਦਾ, ਕੋਈ ਕੁਛ ਕਰਦਾ, ਧਨ ਵਾਸਤੇ ਹੀ ਕਰਦਾ ਨਾ, ਪਰ ਪ੍ਰਭੂ ਨੂੰ ਮਿਲਣ ਵਾਸਤੇ ਕੀ ਕਰਦਾ? ਮਨਾ ਵਾਹਿਗੁਰੂ ਨੂੰ ਮਿਲਣ ਵਾਸਤੇ ਕੀ ਕਰਦਾ? ਜਿਹਨਾਂ ਸਤਿਗੁਰਾਂ ਜੀ ਦਾ ਤੂੰ ਸਿੱਖ ਮੈਂ, ਜਿਹਨਾਂ ਨੇ ਪਰ ਪੁਕਾਰ ਵਾਸਤੇ ਆਪਦੇ ਸੀਸ ਦਾ ਬਲੀਦਾਨ ਦਿੱਤਾ, ਤੂੰ ਕਦੇ ਕੋਈ ਪਰ ਪੁਕਾਰ ਕੀਤਾ? ਬਗਾਨੇ ਦਾ ਤਾਂ ਕੀ ਕਰਨਾ ਹੈ, ਸਿੱਖ ਨੂੰ ਸਿੱਖ ਵੇਖ ਕੇ ਨਫ਼ਰਤ ਕਰੀ ਜਾਂਦਾ, ਐਡੀ ਜ਼ਿਆਦਾ ਨਫ਼ਰਤ ਵੈ ਵੇਖਣਾ ਹੀ ਨਹੀਂ ਪਸੰਦ ਕਰਦੇ ਇੱਕ ਦੂਸਰੇ ਨੂੰ, ਇਹੋ ਜਿਹੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ, ਮੇਰਾ ਤਾਂ ਮਨ 10 ਹੀ ਦਿਸ਼ਾ ਵਿੱਚ ਭਟਕਦਾ ਹੈ, ਲੋਭ ਦਾ ਗ੍ਰਸਿਆ ਹੋਇਆ। ਆਸਾ ਲੱਗਿਓ ਧਨ ਕੀ, ਧਨ ਦੀ ਪ੍ਰਾਪਤੀ ਦੀ ਮਹਾਰਾਜ ਮੈਨੂੰ ਆਸਾ ਲੱਗੀ ਹੋਈ ਹੈ, ਧਨ ਕਿੱਥੋਂ ਪ੍ਰਾਪਤ ਹੋਵੇ, ਅਮੀਰ ਕਿਵੇਂ ਹੋ ਜਾਵਾਂ? ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸੁਖ ਕੈ ਹੇਤ ਬਹੁਤ ਦੁੱਖ ਪਾਵਤ। ਸੁਖ ਦੀ ਪ੍ਰਾਪਤੀ ਵਾਸਤੇ, ਹੇਤ ਹੁੰਦਾ ਵਾਸਤੇ, ਕੀ ਹੈ? ਬਹੁਤ ਦੁੱਖ ਪਾਵਤ, ਬੜੇ ਦੁੱਖ ਪਾਉਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁੱਖ ਵਾਸਤੇ ਯਤਨ ਕਰਦਾ ਹੈ, ਪਰ ਦੁੱਖ ਕੋ ਕੀਓ ਨਾ ਕੋਈ। ਦੁੱਖ ਵਾਸਤੇ ਕਦੇ ਕੋਈ ਯਤਨ ਕਰਦਾ ਹੈ ਕਿ ਮੈਂ ਦੁਖੀ ਹੋਵਾਂ? ਨਹੀਂ ਕਰਦਾ, ਪਰ ਦੁੱਖ ਮਿਲਦਾ ਹੈ। ਮਹਾਰਾਜ ਕਹਿੰਦੇ ਤੂੰ ਸੁੱਖ ਵਾਸਤੇ ਯਤਨ ਕਰਦਾ, ਇਹੀ ਤੇਰਾ ਭਰਮ ਹੈ। ਜੇ ਦੁੱਖ ਵੀ ਤੈਨੂੰ ਆਪੇ ਹੀ ਮਿਲ ਰਿਹਾ, ਸੁੱਖ ਵੀ ਤੈਨੂੰ ਆਪੇ ਹੀ ਮਿਲ ਰਿਹਾ, ਇਹ ਤੇਰਾ ਭਰਮ ਹੈ ਕਿ ਤੂੰ ਸੁਖੀ ਹੋ ਰਿਹਾ ਆਪ? ਨਹੀਂ, ਸੁੱਖ ਵੀ ਆਪੇ ਹੀ ਆ ਰਿਹਾ, ਦੁੱਖ ਵੀ ਆਪੇ ਆ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਤੇਰੀ ਹਾਲਤ ਹੈ ਮਨ ਦੀ, ਬਹੁਤ ਸਾਰੇ ਦੁੱਖ ਹਟਾਉਂਦਾ ਹੈ। ਕਿੰਨਾ ਜ਼ਿਆਦਾ ਰਾਤਾਂ ਨੂੰ ਜਾਗਦਾ, ਕਈ ਕਈ ਸਾਧ ਸੰਗਤ ਜੀ ਕਿੰਨੇ ਕਸ਼ਟ ਵਾਲੇ ਕਰਮ ਕਰਦੇ, ਸੋਚਦੇ ਆ ਜਦੋਂ ਅਮੀਰ ਹੋ ਗਏ ਸੁਖੀ ਹੋ ਜਾਵਾਂਗੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਪੁੱਤਰ ਕਲੱਤਰ ਲਛਮੀ ਧਨ ਮਾਇਆ, ਇਸ 'ਤੇ ਕਹੋ ਕਬ ਨੇ ਸੁੱਖ ਪਾਇਆ? ਬਾਂਹ ਖੜੀ ਕਰਕੇ ਹਜ਼ੂਰ ਕਹਿੰਦੇ ਦੱਸੋ ਬਈ, ਜਿਹਨੇ ਕਿਸੇ ਵੀ ਸੁੱਖ ਨਹੀਂ ਇਹਨਾਂ ਤੋਂ ਪਾਇਆ। ਅਤੇ ਇਹ ਸੁੱਖ ਵਾਸਤੇ ਮਹਾਰਾਜ ਕਹਿੰਦੇ ਬਹੁਤ ਸਾਰੇ ਜਿਹੜੇ ਆ ਨਾ ਉਹ ਯਤਨ ਕਰਦਾ ਹੋਇਆ ਦੁੱਖ ਪਾਉਂਦਾ ਹੈ, ਜੀਵ ਕਸ਼ਟ ਉਠਾਉਂਦਾ ਏ। ਸੇਵ ਕਰਤ ਜਨ ਜਨ ਕੀ, ਹਰੇਕ ਦੇ ਅੱਗੇ ਹੋ ਕੇ ਸਾਧ ਸੰਗਤ ਜੀ ਫਿਰ ਸੇਵਾ ਕਰਦਾ ਹੈ, ਗੁਲਾਮੀ ਝੱਲਦਾ ਹੈ। ਜਦੋਂ ਸੁੱਖ ਦੀ ਚੇਸ਼ਟਾ ਕਰਦਾ ਨਾ, ਤੇ ਫਿਰ ਉਹਨਾਂ ਦੀ ਗੁਲਾਮੀ ਕਰਦਾ ਹੈ ਜਿਹਨਾਂ ਦੀ ਗੁਲਾਮੀ ਕਰਨਾ ਵੀ ਨਹੀਂ ਚਾਹੁੰਦਾ। ਵਾਰੀ ਧਾਰਮਿਕ ਅਹੁਦਿਆਂ ਤੇ ਨੌਕਰੀ ਕਰਦਿਆਂ ਹੋਇਆਂ ਉਹਨਾਂ ਦੀ ਵੀ ਹਾਲਤ ਇਹੋ ਜਿਹੀ ਬਣ ਜਾਂਦੀ ਹੈ। ਅੰਦਰੋਂ ਵੇਖਦੇ ਹੁੰਦੇ ਆ, ਪਤਾ ਹੁੰਦਾ ਉਹਨਾਂ ਨੂੰ ਗਲਤ ਹੈ, ਪਰ ਜ਼ਮੀਰ ਮਾਰੀ ਗਈ ਹੁੰਦੀ, ਆਪਣੀ ਜ਼ਮੀਰ ਨੂੰ ਮਾਰ ਕੇ ਉਹ ਕੰਮ ਕਰ ਲੈਂਦੇ ਆ ਫਿਰ। ਕਿਉਂਕਿ ਸਾਧ ਸੰਗਤ ਜੀ ਧਰਮ ਦੇ ਰਾਹ ਤੇ ਚੱਲੇ ਤੇ ਸੋਚਦੇ ਆ ਦੁੱਖ ਹੀ ਦੁੱਖ ਹੈ। ਜਿਵੇਂ ਧਰਮੀਆਂ ਨੂੰ ਵੇਖਦੇ ਆ ਉਹ ਕਿ ਕੌਣ ਸੁਖੀ ਹੈ, ਪਰ ਇੱਥੇ ਜਿੰਨੇ ਦੁੱਖ ਭੋਗੇ ਆ ਨਾ ਧਰਮ ਨੂੰ ਕਮਾਉਂਦਿਆਂ ਹੋਇਆਂ, ਮਹਾਰਾਜ ਕਹਿੰਦੇ ਤਾਂ ਨਾਸ਼ਵੰਤ ਹੈ, ਸੰਸਾਰ ਮੁੱਕੀ ਜਾਣਾ। ਜਿਹੜਾ ਸੁੱਖ ਬੱਚਿਆਂ ਨੂੰ ਭਾਈ ਮਾੜਾ ਜਿਹਾ ਪ੍ਰੇਰਿਤ, ਜਿਹੜਾ ਸੁੱਖ ਅੱਗੇ ਪ੍ਰਲੋਕ ਵਿੱਚ ਪ੍ਰਾਪਤ ਹੁੰਦਾ ਉਹ ਸਾਧ ਸੰਗਤ ਜੀ ਫਿਰ ਧਰਮੀਆਂ ਨੂੰ ਪ੍ਰਾਪਤ ਹੁੰਦਾ। ਥੋੜ੍ਹੇ ਜਿੰਨੇ ਸੁੱਖ ਵਾਸਤੇ ਜੀਵ ਕਿੰਨਾ ਜ਼ਿਆਦਾ ਦੁੱਖ ਕਮਾਉਂਦਾ ਹੈ, ਕਿੰਨਾ ਦੁਖੀ ਹੁੰਦਾ ਹੈ, ਪ੍ਰਲੋਕ ਵਿੱਚ ਫਿਰ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਫਿਰ ਪੜ੍ਹਦੇ ਹੋ,
ਸੇਵ ਕਰਤ ਜਨ ਜਨ ਕੀ। ਜਨ ਜਨ ਦੀ ਜਿਹੜੇ ਸਾਧ ਸੰਗਤ ਜੀ ਹਰੇਕ ਦੀ ਭਾਵ ਮਨੁੱਖਾਂ ਮਨੁੱਖਾਂ ਦੀ ਜਾ ਜਾ ਕਰਕੇ ਸੇਵਾ ਕਰਦਾ, ਗੁਲਾਮੀ ਕਰਦਾ ਹੈ। ਦੁਆਰ ਹੈ ਦੁਆਰ ਸਵਾਨ ਜਿਉ ਡੋਲਤ। ਹਾਲਤ ਕੀ ਉਹਦੀ, ਜਿਵੇਂ ਦਰ ਦਰ ਦੇ ਉੱਤੇ ਕੁੱਤਾ ਨਹੀਂ ਭਟਕਦਾ। ਜਿਹੜਾ ਗੁਰੂ ਜੀ ਦੇ ਦਰ ਨੂੰ ਛੱਡ ਕੇ ਲੋਭ ਵਿੱਚ ਗਰਸਿਆ ਹੋਇਆ, ਸੰਸਾਰ ਦੇ ਪੱਧਰ 'ਤੇ, ਸੰਸਾਰ ਦੇ ਸੁੱਖਾਂ 'ਤੇ, ਸਰੀਰ ਦੇ ਮੋਹਾਂ ਵਿੱਚ ਫਸ ਕਰਕੇ ਜੀਵਨ ਬਤੀਤ ਕਰਦਾ ਹੈ, ਮਹਾਰਾਜ ਕਹਿੰਦੇ ਉਹਦੀ ਹਾਲਤ ਇਹੋ ਜਿਹੀ ਹੈ ਜਿਵੇਂ ਦਰ ਦਰ ਦੇ ਉੱਤੇ ਕੁੱਤਾ ਠੋਕਰਾਂ ਖਾਂਦਾ ਫਿਰਦਾ, ਅਤੇ ਕਦੀ ਉਹਨੂੰ ਕੋਈ ਮੂੰਹ 'ਤੇ ਸੋਟਾ ਮਾਰਦਾ, ਕਦੀ ਕੋਈ ਉੱਧਰੋਂ ਨਿੰਦਾ ਦੇ ਬੋਲ ਬੋਲਦਾ ਹੈ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਸਵਾਨ ਕੁੱਤੇ ਨੂੰ ਕਹਿੰਦੇ। ਜਿਵੇਂ ਦਰ ਦਰ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਕੁੱਤਾ ਜਿਹੜਾ ਬੇਖਸਮਾ ਹੋਵੇ ਉਹ ਡੋਲਦਾ ਫਿਰਦਾ, ਭਟਕਦਾ ਫਿਰਦਾ, ਇਵੇਂ ਮਹਾਰਾਜ ਕਹਿੰਦੇ ਭਾਈ ਉਹਦੀ ਹਾਲਤ ਹੁੰਦੀ ਆ। ਨਹਿ ਸੁਧ ਰਾਮ ਭਜਨ ਕੀ। ਵਾਹਿਗੁਰੂ ਦੇ ਭਜਨ ਕਰਨ ਦੀ ਸੁੱਧ ਹੀ ਨਹੀਂ ਹੈ, ਖਬਰ ਹੀ ਨਹੀਂ ਹੈ, ਪਰਮੇਸ਼ਰ ਦੇ ਭਜਨ ਕਰਨ ਦਾ ਮਨ ਵਿੱਚ ਪਿਆਰ ਹੀ ਨਹੀਂ ਜਾਗਿਆ, ਇਸ ਦੇ ਵੱਲ ਕਦੇ ਸੋਝੀ ਹੀ ਨਹੀਂ ਕੀਤੀ, ਕਦੇ ਸੁੱਧ ਹੀ ਨਹੀਂ ਲਈ, ਕਦੇ ਨਹੀਂ ਲਈ ਕਿ ਮਨਾ ਤੇਰਾ ਭਲਾ ਭਜਨ ਕਰਨ ਨਾਲ ਹੋਣਾ, ਨਹੀਂ ਮਾਇਆ ਦੇ ਇਕੱਠੀ ਕਰਨ ਵਿੱਚ। ਉਹ ਜਿਵੇਂ ਹਲਕਾ ਕੁੱਤਾ ਹੁੰਦਾ ਨਾ, ਉਹੋ ਜਿਹੀ ਹੁੰਦੀ ਹੈ ਲੋਕੀ ਪੁਰਸ਼ ਦੀ ਹਾਲਤ, ਉਹਦੇ ਕੁਝ ਲੱਛਣ ਹੁੰਦੇ ਆ, ਪਰ ਸਮਾਂ ਨਹੀਂ ਇੰਨਾ, ਮੈਂ ਲੱਛਣਾਂ ਦਾ ਜ਼ਿਕਰ ਕਰਾਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜਿਹੀ ਹਾਲਤ ਹੁੰਦੀ ਹੈ, ਵਾਹਿਗੁਰੂ ਦੇ ਭਜਨ ਦੀ ਸੁੱਧੀ ਨਹੀਂ, ਖਬਰ ਨਹੀਂ ਹੈ। ਮਾਨਸ ਜਨਮ ਅਕਾਰਥ ਖੋਵਤ। ਵਿਅਰਥ ਹੀ ਮਨੁੱਖਾ ਜਨਮ ਜਿਹੜਾ ਹੈ ਉਹ ਖੋ ਲਿਆ, ਗਵਾ ਲਿਆ ਹੈ, ਮਿਲਿਆ ਸੀ ਭਜਨ ਕਰਨ ਨੂੰ, ਪਰ ਮਹਾਰਾਜ ਕਹਿੰਦੇ ਅਕਾਰਥ ਵਿਅਰਥ ਹੀ ਗਵਾ ਲਿਆ ਮਨੁੱਖਾ ਜਨਮ। ਲਾਜ ਨਾ ਲੋਕ ਹਸਨ ਕੀ। ਲੋਕ ਹਾਸਾ ਕਰਦੇ ਆ ਵੇਖ ਵੇਖ ਕੇ ਕਿੱਡਾ ਲਾਲਚੀ ਹੈ, ਕਿਉਂਕਿ ਜਦੋਂ ਦੁਨੀਆਂ ਵੇਖਦੀ ਹੈ ਨਾ, ਤੇ ਸਤ ਸੰਗਤ ਜੀ ਭਾਵੇਂ ਆਪਣੇ ਔਗਣਾਂ ਦਾ ਹਰੇਕ ਨੂੰ ਆਪ ਨੂੰ ਥੋੜਾ ਪਤਾ ਹੁੰਦਾ, ਦੂਜੇ ਨੂੰ ਪਤਾ ਹੁੰਦਾ, ਤੇ ਵੇਖ ਕਿੱਡਾ ਲਾਲਚੀ ਆਦਮੀ ਹੈ। ਕਈ ਸਤ ਸੰਗਤ ਜੀ ਆਪਣੇ ਨਿੱਜੀ ਰਿਸ਼ਤਿਆਂ ਨੂੰ ਵੀ ਨਹੀਂ ਬਖਸ਼ਦੇ, ਏਡੇ ਲਾਲਚੀ ਹੁੰਦੇ। ਮਹਾਰਾਜ ਕਹਿੰਦੇ ਇਹਨੂੰ ਲੱਜਾ ਹੀ ਨਹੀਂ ਆਉਂਦੀ ਕਿ ਲੋਕੀ ਹਾਸਾ ਕਰਨਗੇ, ਕੀ ਕਹਿਣਗੇ, ਤੇ ਏਡਾ ਬਸ਼ਰਮ ਹੋ ਜਾਂਦਾ ਹੈ, ਹਰੇਕ ਨਾਲ ਹੀ ਠੱਗੀ ਮਾਰਦਾ, ਹਰੇਕ ਕੋਲੋਂ ਹੀ ਜਿਹੜਾ ਹੈ ਉਹ ਸਾਧ ਸੰਗਤ ਜੀ ਮਾਇਆ ਦੇ ਪ੍ਰਯੋਜਨ ਕਰਕੇ ਹੜੱਪਣ ਦਾ ਯਤਨ ਕਰਦਾ। ਮਹਾਰਾਜ ਕਹਿੰਦੇ ਲੱਜਾ ਵੀ ਗਵਾ ਬੈਠਦਾ ਕਿ ਲੋਕ ਹਾਸੀ ਕਰਨਗੇ, ਠੱਠਾ ਕਰਨਗੇ। ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਹਜ਼ੂਰ ਕਹਿੰਦੇ ਤੂੰ ਹਰੀ ਦਾ ਜਸ ਕਿਉਂ ਨਹੀਂ ਗਾਉਂਦਾ। ਹੁਣ ਸਿੱਖਿਆ ਦਿੰਦੇ ਆ ਅਖੀਰਲੀ ਪੰਕਤੀ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਹਰੀ ਦਾ ਜਸ ਭਾਈ ਕਿਉਂ ਨਹੀਂ ਗਾਉਂਦਾ ਹੈ। ਕੁਮਤ ਬਿਨਾਸੈ ਤਨ ਕੀ। ਜਿਹੜੀ ਤੇਰੇ ਤਨ ਸਰੀਰ ਦੇ ਅੰਦਰ ਕੋ ਮਤ ਖੋਟੀ ਮਤ ਹੈ ਨਾ, ਉਹ ਬਿਨਸ ਜਾਵੇ, ਨਾਸ ਹੋ ਜਾਵੇ, ਤੈਨੂੰ ਪਤਾ ਚੱਲ ਜਾਵੇ ਕਿ ਧਨ ਨਾਲ ਨਹੀਂ ਨਿਭਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਜਸ ਗਾਵੇਂਗਾ ਜਿਸ ਮਤ ਨੇ ਤੇਰੇ ਉੱਤੇ ਇਹੋ ਜਿਹਾ ਗਲਬਾ ਪਾ ਛੱਡਿਆ ਕਿ ਤੈਨੂੰ ਭਜਨ ਸੁੱਝਦਾ ਹੀ ਨਹੀਂ, ਤੇ ਮਾਇਆ ਹਰ ਵੇਲੇ ਤੇਰੇ ਅੰਦਰ ਫੁਰਨਾ ਲੱਗਾ ਹੋਇਆ, ਤੇ ਇਸ ਤਰ੍ਹਾਂ ਵਸੀ ਹੋਈ ਹੈ ਜਿਵੇਂ ਮਹਾਰਾਜ ਕਹਿੰਦੇ ਕੰਧ ਦੇ ਉੱਤੇ ਮੂਰਤ ਉੱਕਰੀ ਹੁੰਦੀ ਹੈ ਨਾ, ਇਵੇਂ ਮਹਾਰਾਜ ਕਹਿੰਦੇ ਭਾਈ ਮਾਇਆ ਨੂੰ ਚਿੱਤ ਵਿੱਚੋਂ ਨਹੀਂ ਛੱਡਦਾ ਹੈ, ਭੁਲਾਉਂਦਾ ਨਹੀਂ ਹੈ। ਜਿਵੇਂ ਉਹ ਤੋਤਾ ਫੜਨ ਵਾਲੇ ਜਿਉਂ ਨਲਨੀ ਸੁਵਟਾ ਗਹਿਓ, ਉਹ ਨਲਨੀ ਨੂੰ ਪਕੜ ਲੈਂਦਾ ਕਾਨੀ ਨੂੰ, ਤੇ ਉਹ ਦੱਸਿਆ ਹੋਇਆ ਪ੍ਰਮਾਣ ਹੈ ਗੁਰਬਾਣੀ ਦੇ ਅੰਦਰ, ਸਤ ਸੰਗਤ ਜੀ ਉਹਦਾ ਘੁੰਮ ਕੇ ਨਾ ਤਸਲੇ ਨਾਲ ਸਿਰ ਲੱਗ ਜਾਂਦਾ। ਹੁਣ ਮੈਂ ਵਿਸਥਾਰ ਨਹੀਂ ਕਰ ਸਕਾਂਗਾ,
ਅਤੇ ਉਹ ਪੁੱਠੇ ਹੋਏ ਦੀਆਂ ਅੱਖਾਂ ਜਿਹੜੀਆਂ ਨਾ, ਜਦੋਂ ਤਾਂ ਸਿਰ ਤਸਲੇ ਨਾਲ ਪਾਣੀ ਦੇ ਭਰੇ ਤਸਲੇ ਨਾਲ ਲੱਗਿਆ ਹੁੰਦਾ ਅਤੇ ਉਹ ਛੱਡਦਾ ਨਹੀਂ, ਉਹਨੂੰ ਐਂ ਲੱਗਦਾ ਥੱਲੇ ਸਮੁੰਦਰ ਵਾ ਅਤੇ ਮੈਂ ਜੇ ਨਲਣੀ ਛੱਡਤੀ ਤਾਂ ਡੁੱਬ ਜਾਵਾਂਗਾ। ਅਤੇ ਸ਼ਿਕਾਰੀ ਆ ਕੇ ਉਸਨੂੰ ਪਕੜ ਲੈਂਦਾ। ਮਹਾਰਾਜ ਕਹਿੰਦੇ ਜੀਵ ਰੂਪੀ ਤੋਤਾ ਹੈ, ਮਾਇਆ ਰੂਪੀ ਨਲਣੀ ਨੂੰ ਪਕੜਿਆ ਹੋਇਆ ਅਤੇ ਸੋਚਦਾ ਮਾਇਆ ਛੱਡਤੀ ਮਰ ਜਾਵਾਂਗਾ ਅਤੇ ਕਾਲ ਰੂਪੀ ਸ਼ਿਕਾਰੀ ਆ ਕੇ ਫੜ ਲੈਂਦਾ ਹੈ, ਅੰਤ ਹੋ ਜਾਂਦਾ ਸਰੀਰ ਦਾ। ਹਜ਼ੂਰ ਕਹਿੰਦੇ ਨੇ ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕਿਉਂ ਨਹੀਂ ਹਰੀ ਦਾ ਜਸ ਤੂੰ ਗਾਉਂਦਾ, ਜਿਸ ਕਰਕੇ ਤੇਰੇ ਅੰਦਰੋਂ ਖੋਟੀ ਮਤ ਨਾਸ਼ ਹੋ ਜਾਵੇ, ਵਾਹਿਗੁਰੂ ਦਾ ਭਜਨ ਕਰਕੇ ਤੇਰਾ ਇਹ ਸਰੀਰ ਸਫਲਾ ਹੋ ਜਾਵੇ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਸਾ ਰਾਗ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ। ਸਮਾਂ ਭਾਵੇਂ 10-15 ਮਿੰਟ ਵੱਧ ਬਣੇ ਹੋਏ ਸਮੇਂ ਮੁਤਾਬਕ, ਕਿਉਂਕਿ ਸਰੀਰ ਵੀ ਫਿਰ ਥੱਕ ਜਾਂਦੇ ਹੈ, ਪਹਿਲਿਆਂ ਸਮਿਆਂ ਵਰਗੇ ਸਰੀਰ ਨਹੀਂ ਹੁਣ ਹੈ ਜਿਹੋ ਜੇ ਸਾਡੇ ਪੁਰਖੇ ਜਾਂ ਬਜ਼ੁਰਗ ਸੰਗਤ ਕਰਦੇ ਹੁੰਦੇ ਸੀ। 2-2, 2.5-2.5 ਘੰਟੇ ਕਥਾ ਹੁੰਦੀ ਸੀ ਪਹਿਲਿਆਂ ਸਮਿਆਂ ਵਿੱਚ, ਕੀਰਤਨ ਕਿੰਨਾ ਕਿੰਨਾ ਸਮਾਂ ਬੈਠ ਕੇ ਸੁਣਦੇ ਹੁੰਦੇ ਸੀ। ਤੋ ਪਰ ਜਿਵੇਂ ਵੀ ਹੁਣ ਥੋੜ੍ਹਾ ਸਮਾਂ ਜਿਹੜਾ ਨਾ, ਕਿਉਂਕਿ ਜਿੰਨਾ ਚਿਰ ਮਨ ਇਕਾਗਰ ਹੋ ਸਕੇ, ਬਹੁਤਾ ਸਮਾਂ ਜਦੋਂ ਸਰੀਰ ਹੀ ਬੇਚੈਨ ਹੋ ਜਾਵੇ ਫਿਰ ਮਨ ਵੀ ਇਕਾਗਰ ਨਹੀਂ ਰਹਿੰਦਾ। ਅਤੇ ਬਣੇ ਹੋਏ ਸਮੇਂ ਕੱਲ੍ਹ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਆਪ ਨੂੰ ਜਿਹੜੀ ਕਥਾ ਹੈ ਉਹ ਸਰਵਣ ਕਰਵਾਵਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੇ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨ ਅਰਥ ਖੋਵਤ, ਲਾਸਨ ਕੇ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੇ।